ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀ ਵੀ ਵੇਖਰੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਕੌਮਿਤਾ ਮਿਨਹਾਸ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ। ਸਟੋਰੀ ਆਫ ਦਾ ਡੇ ਵਿੱਚ ਅੱਜ ਮੁੱਦਾ ਦਿੱਲੀ ਵਿਧਾਨ ਸਭਾ ਚੋਣਾਂ ਦਾ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਵਿੱਚ ਰੁਚੀ ਰੱਖਣ ਵਾਲਾ ਹਰ ਇਨਸਾਨ ਇੰਤਜ਼ਾਰ ਕਰ ਰਿਹਾ ਹੈ ਕਿ ਨਤੀਜੇ ਕੀ ਹੋਣਗੇ। ਚੋਣ ਪ੍ਰਚਾਰ ਰੁਕ ਗਿਆ ਹੈ ਅਤੇ ਆਉਣ ਵਾਲੇ ਕੱਲ੍ਹ 8 ਫਰਵਰੀ ਨੂੰ ਮਤਦਾਨ ਹੋਏਗਾ। ਦਿੱਲੀ ਵਿੱਚ ਰੁਝਾਨ ਕਿਸ ਤਰ੍ਹਾਂ ਦਾ ਰਿਹਾ ਤੇ ਦਿੱਲੀ ਦੇ ਵੋਟਰ ਕੀ ਚਾਹੁੰਦੇ ਨੇ, ਦੇਖਦੇ ਹਾਂ ਇਸ ਰਿਪੋਰਟ ਜ਼ਰੀ। 8 ਫਰਵਰੀ 2020, ਆਖਿਰ ਉਹ ਦਿਨ ਆ ਹੀ ਗਿਆ ਜਦੋਂ ਦਿੱਲੀ ਵਿਧਾਨ ਸਭਾ ਉਮੀਦਵਾਰਾਂ ਦੀ ਕਿਸਮਤ ਈਵੀਐਮ 'ਚ ਕੈਦ ਹੋ ਜਾਏਗੀ ਅਤੇ 11 ਫਰਵਰੀ ਨੂੰ ਇਹਨਾਂ ਈਵੀਐਮ ਮਸ਼ੀਨਾਂ 'ਚੋਂ ਨਿਕਲੇਗਾ ਦਿੱਲੀ ਦਾ ਮੁੱਖ ਮੰਤਰੀ। ਦਿੱਲੀ 'ਚ ਚੋਣ ਪ੍ਰਚਾਰ 'ਤੇ ਪੂਰਨ ਤੌਰ 'ਤੇ ਪਾਬੰਦੀ ਲੱਗ ਗਈ ਹੈ। ਭਾਵੇਂ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਹੈ, ਪਰ ਫਿਰ ਵੀ ਸਾਰੀਆਂ ਪਾਰਟੀਆਂ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਨੇ। ਭਾਜਪਾ ਅਤੇ ਕਾਂਗਰਸ ਨੇ ਵੀ ਦਿੱਲੀ ਫਤਿਹ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ। ਸੱਤਾਧਾਰੀ ਧਿਰ ਆਪਣੇ ਵੱਲੋਂ ਕੀਤੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਵੋਟਾਂ ਮੰਗ ਰਹੀ ਹੈ, ਜਦੋਂ ਕਿ ਭਾਜਪਾ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਚਿਹਰੇ ਨੂੰ ਆਧਾਰ ਬਣਾ ਕੇ ਵੋਟਾਂ ਦੀ ਅਪੀਲ ਕਰ ਰਹੀ ਹੈ। ਲੋਕ ਸਭਾ ਚੋਣਾਂ 'ਚ ਭਾਜਪਾ ਨੇ 7 ਸੀਟਾਂ 'ਤੇ ਜਿੱਤ ਹਾਸਲ ਕੀਤੀ, ਜਿਸ ਤੋਂ ਬਾਅਦ ਭਾਜਪਾ ਨੂੰ ਵਿਧਾਨ ਸਭਾ ਲਈ ਵੀ ਆਪਣਾ ਰਸਤਾ ਸਾਫ਼ ਲੱਗ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਚੋਣ ਪ੍ਰਚਾਰ ਕਰਨ ਗਏ। ਅਕਾਲੀ ਦਲ ਤੇ ਭਾਜਪਾ 'ਚ ਵੀ ਉਤਾਰ ਚੜ੍ਹਾਅ ਆਏ ਤੇ ਬਾਅਦ ਵਿੱਚ ਫਿਰ ਦੋਵੇਂ ਇਕੱਠੇ ਹੋ ਗਏ। ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਇਕਲੌਤੇ ਸਾਂਸਦ ਭਗਵੰਤ ਮਾਨ ਦਾ ਨਾਂ ਵੀ ਸ਼ਾਮਿਲ ਰਿਹਾ। ਦਿੱਲੀ ਵਿਧਾਨ ਸਭਾ ਚੋਣਾਂ 'ਚ ਸ਼ਾਹੀਨ ਬਾਗ ਅਤੇ ਨਾਗਰਿਕਤਾ ਸੋਧ ਕਾਨੂੰਨ ਦਾ ਮੁੱਦਾ ਵੀ ਪਾਰੂ ਰਿਹਾ। ਤਿੰਨਾਂ ਪਾਰਟੀਆਂ ਵੱਲੋਂ ਲੋਕਾਂ ਨੂੰ ਭਰਮਾਉਣ ਲਈ ਚੋਣ ਮੈਨੀਫੈਸਟੋ 'ਚ ਲੁਭਾਵਣੇ ਵਾਅਦੇ ਵੀ ਕੀਤੇ ਗਏ। ਆਪ ਨੇ ਤੀਜੀ ਵਾਰ ਦਿੱਲੀ ਫਤਿਹ ਕਰਨ ਲਈ 28 ਵਾਅਦਿਆਂ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਲੋਕਪਾਲ ਬਿੱਲ, ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਅਤੇ 84 ਕਤਲੇਆਮ 'ਚ ਇਨਸਾਫ਼ ਦਿਵਾਉਣਾ ਮੁੱਖ ਮੁੱਦੇ ਨੇ। 10 ਵਾਅਦਿਆਂ ਦੀ ਗਰੰਟੀ ਕਾਰਡ ਵੀ ਜਾਰੀ ਕੀਤਾ। ਕਾਂਗਰਸ ਨੇ ਕੇਜਰੀਵਾਲ ਤੋਂ ਜ਼ਿਆਦਾ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਅਤੇ 33% ਰਾਖਵਾਂਕਰਨ ਦੇਣ ਦਾ ਐਲਾਨ ਕੀਤਾ। ਨਾਗਰਿਕਤਾ ਸੋਧ ਬਿੱਲ ਖਿਲਾਫ਼ ਸੁਪਰੀਮ ਕੋਰਟ ਜਾਣ ਦਾ ਵੀ ਵਾਅਦਾ ਕੀਤਾ। ਭਾਜਪਾ ਗਰੀਬਾਂ ਨੂੰ 2 ਰੁਪਏ ਕਿਲੋ ਆਟਾ ਦੇਣ ਨੂੰ ਤਿਆਰ ਹੈ। 10 ਨਵੇਂ ਕਾਲਜ ਅਤੇ 200 ਸਕੂਲ ਬਣਾਉਣ ਦਾ ਵੀ ਵਾਅਦਾ ਕੀਤਾ। ਦਿੱਲੀ ਵਿਧਾਨ ਸਭਾ ਚੋਣਾਂ ਲਈ 70 ਹਲਕਿਆਂ 'ਚ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਵੋਟਾਂ ਪੈਣ ਜਾ ਰਹੀਆਂ ਨੇ। ਤਕਰੀਬਨ 90,000 ਪੁਲਿਸ ਕਰਮੀ ਚੋਣਾਂ ਵਾਲੇ ਦਿਨ ਡਿਊਟੀ 'ਤੇ ਤੈਨਾਤ ਹੋਣਗੇ। 13,750 ਪੋਲਿੰਗ ਸਟੇਸ਼ਨ ਬਣਾਏ ਗਏ ਨੇ। 58 ਸੀਟਾਂ ਜਨਰਲ ਕੈਟਾਗਰੀ ਲਈ ਰੱਖੀਆਂ ਗਈਆਂ ਨੇ। 12 ਸੀਟਾਂ SC ਅਤੇ ST ਲਈ ਰੱਖੀਆਂ ਗਈਆਂ ਨੇ। 11,46,92,136 ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ, ਜਿਨ੍ਹਾਂ 'ਚੋਂ 80,55,000 ਪੁਰਸ਼ ਅਤੇ 66,35,000 ਔਰਤਾਂ ਨੇ। ਦਿੱਲੀ ਨੂੰ ਲੈ ਕੇ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ। ਜ਼ੋਰ ਲਾਉਣਾ ਇਸ ਲਈ ਵੀ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਪੂਰੇ ਦੇਸ਼ ਦੀ ਰਾਜਨੀਤੀ ਇਹਨਾਂ ਨਤੀਜਿਆਂ 'ਤੇ ਨਿਰਭਰ ਕਰਦੀ ਹੈ। ਦਿੱਲੀ ਦੇ ਵੋਟਰਾਂ ਤੋਂ ਇਲਾਵਾ ਪੰਜਾਬ ਦੇ ਲੋਕ ਅਤੇ ਖਾਸ ਕਰਕੇ ਨੌਜਵਾਨ ਦਿੱਲੀ ਦੇ ਨਤੀਜਿਆਂ ਬਾਰੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਨੇ। ਨੌਜਵਾਨਾਂ ਨੇ ਆਪਣੀ ਰਾਏ ਵਿੱਚ ਆਪ ਦੇ ਕੀਤੇ ਕੰਮਾਂ ਨੂੰ ਸਰਾਹਿਆ ਅਤੇ ਦਿੱਲੀ 'ਚ ਨਤੀਜੇ ਕਿਸ ਤਰ੍ਹਾਂ ਦੇ ਆ ਸਕਦੇ ਨੇ ਇਸ ਬਾਰੇ ਆਪਣੀ ਰਾਏ ਦਿੱਤੀ। ਦਿੱਲੀ ਦੀ ਇਲੈਕਸ਼ਨਸ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਕਿਹਦੀ ਸਰਕਾਰ ਬਣੇਗੀ, ਕੌਣ ਆਏਗਾ ਅੱਗੇ? ਸਰਕਾਰ ਕੇ ਬਾਰੇ ਮੈਂ ਐਸਾ ਜੀ ਲੋਕੋਂ ਕਿ ਦੋਨੋਂ ਤਰ੍ਹਾਂ ਕੇ ਵਿਊ ਹੈ। ਅਗਰ ਹਮ ਦੇਖੇ ਆਮ ਆਦਮੀ ਪਾਰਟੀ ਕੇ ਬਾਰੇ ਮੇਂ ਤੋ ਉਸਨੇ ਵੀ ਕਾਫੀ ਕਾਮ ਜੋ ਹੈ ਵੋ ਕਰਵਾਏ ਹੈ ਦਿੱਲੀ ਸਟੇਟ ਮੇਂ। ਹਮ ਦੇਖੇ ਕਿ ਉਹਨੇ ਮੁਹੱਲਾ ਕਲੀਨਿਕ ਵਗੈਰਾ ਔਰ ਐਜੂਕੇਸ਼ਨ ਔਰ ਹੈਲਥ ਪੇ ਕਾਫੀ ਧਿਆਨ ਦਿਆ ਹੈ। ਦੂਸਰੀ ਤਰਫ ਨੈਸ਼ਨਲ ਲੈਵਲ ਕੇ ਜੋ ਇਸ਼ੂਜ਼ ਹੈ
साहिब पे धारा 370 का मामला है जो कश्मीर के मामले में काफ़ी जो इम्पोर्टेंट रहा है। सो हर बार जो भी पॉलिटिकल पार्टी थी वो अयोध्या का मामला उठाती थी या फिर धारा 370 का मामला उठाती थी, उसको जो काफ़ी हद तक जो उसको सुलझा दिया गया है। तो उस नेशनल लेवल पर एक जो है काफ़ी टाइम हो गया वहाँ पर आम आदमी पार्टी की सरकार है, तो बीजेपी को भी मौका दिया जाना चाहिए। लोगों का जो है मिला जुला इस पर प्रतिक्रिया है, अब देखते हैं वो तो 8 तारीख को ही जो है वो डिसाइड होगा कैसे क्या लोगों का किस तरफ क्या रुझान होता है। वैसे एक मौका जो है मेरा विचार ये है कि बीजेपी को वहाँ पर दिया जाना चाहिए क्योंकि कई तरह के उनके जो काम हैं उनके जो एजेंडा है वो काफ़ी अच्छा है उस पर भी। जी जी, वैसे जो देखा जाए तो आम आदमी पार्टी ही होती आऊगी क्योंकि उन्होंने काम एजुकेशन देख के गल करिए मेडिकल लाइन में देख के गल करिए उन्होंने बहुत सुधार किया और देखिए ट्रैफिक की गल उन भी कुछ ना कुछ सोल्यूशन कटे पोल्यूशन की गल करिए भी गल कर रहे हैं कितना कितने लग रहा कि दोबारा आ पाऊगी अगर कोई जिदा EVM के कोई इदा का घोटाला ना सामने आया तो जरूर शायद आम आदमी पार्टी आए। जोड़े दिल्ली के इलैक्शन है वो एक्चुअली दे यूनियन टेरेटरी के तौर पर देखे जाते हैं तो उहदे विच पुलिस का जिहड़ा सिस्टम है वह सेंटर ऑक्यूपाइड हैगा। सो इसनू जस्टिफाई करना कि भी उत्थों दे लोकां द्वारा ही जस्टिफाई किया जा सकता इसनू कि जिहड़े उत्थों दे वसनीक ने, तो मैं उत्थों दा वसनीक भी नहीं तो इस करके मैं इस बारे कोई ज़्यादा कुछ खास नहीं दस सकता, पर यह है कि जिहड़ी सेंटर रूलिंग गौरमेंट हैगी है उहदी जिहड़ी हैगी आ उस स्टेट गौरमेंट दे नाल कोलोबरेशन उन्हां मिल के चलना एक बहुत वड्डा फैक्टर हुंदा है। तो मैनूं लगदा है कि भी एक अजिही सरकार मिले जिहड़ा लोकां दा विकास कर सके ते लोकां दीआं जिहड़ीआं मुश्किलां नूं हल कीता जा सके। सरकार ते मतलब तुसीं फिलहाल न्यूट्रल रह रहे हो पर फिर भी जो तुहाडा ओपीनियन है असीं जानना चाहिए कि तुहानूं की लगदा किहड़ी सरकार ने हुण तक वधिया काम करके दिखाया चाहे असीं पंजाब दे विच ही कामकाज दी गल करिए तां ये जिहड़े कामकाज ने ना जिहड़ी भी सरकारां दे कामकाज हुंदे ने इकोनॉमिकल डिवेलपमेंट के उत्ते डिपेंड होंदे है तो बजट के उत्ते डिपेंड होंदे ने क्योंकि स्टेट का रेवन्यू कोई ज़्यादा वड्डा नहीं हुंदा तो इस करके इन्हां फंड इन्हां वास्ते फंडां की जरूरत हुंदी है। सो मैं कहना चाहुंदा कि भी सेंटर गौरमेंट के नाल कोई मिले इदां दे उन्हां नाल जिहड़ी हैगी है एम्बिकेबली सरकार बननी चाहीदी है जिहड़ी दोहें सरकारां मिलके जिहड़े ने क्योंकि दिल्ली एक नैशनल कैपिटल है तो वह जियोग्राफिकली भी नैशनल पॉलिटिक्स के उत्ते रहिंदी है तो उत्थों की डिवेलपमेंट तो वेलफेयर जिहड़ी हैगी है वह यह है कि भी एक्सचैकर जिहड़ा है वह दोहें स्टेटां नूं मिलके काम करना पऊगा इस करके अजिही कोई सरकार बने जिहड़ी कि लोगों की वध तो वध विकास कर सके। मैम काम सरकार बनेगी काम बेस के उपर यह नहीं है कि धर्म पहले आ या कास्ट पहले आ गई जिवें कि वह आप देख रहे हैं कि किवें वह जहर फैलाया जा रहा धर्म के उपर। मतलब इंडिया आज़ाद होने में 70 साल हो गए पर 6 साल तो लग रहा कि मुस्लिम जिवें दबाए जा रहे थे हिंदू मतलब मजोरिटी जिवें लैके आ रहा धर्म के नाम से हिंदू राष्ट्र की गल करते हैं हुण वोट पवेगी काम के नाम के उपर चाहे वह हैल्थ हो चाहे वह एजुकेशन हो चाहे अदर फैसिलिटीज हो मेरी तो यही राय है। तो किहड़ी पार्टी तुहानूं लगदा कि जितेगी जिहड़ी काम करूगी जिन्हें काम किया ये चीज़ तुहानूं भी पता ही सारे नूं पता है ना वही पार्टी जितूगी जिसने मतलब जिहड़ी ज़्यादा काम कर रही है इस टाइम जो साडे सोसाइटी दी नीड्स ने जो उसके उपर वधिया तरीके नाल काम कर रही है जिवें तुसीं हुण लगा लो जिवें बाई ने बोलिया सी कि पिछले 6 साल तो तुसीं फेस कर रहे हो
ਪਿਛਲੇ 70 ਸਾਲ 'ਚ ਤੁਸੀਂ ਦੇਖਿਆ ਹੋਣਾ ਕਿ ਕਦੇ ਦੋ ਮਤਲਬ ਸਾਰੇ ਵੀ ਜਿੰਨੇ ਵੀ ਰਿਲੀਜ਼ਨ ਦੇ ਬੰਦੇ ਸੀ ਕਦੇ ਲੱਗਦਾ ਨਹੀਂ ਸੀ ਕਿ ਮਤਲਬ ਅਲੱਗ ਅਲੱਗ ਨੇ ਜਾਂ ਇਸ ਦੇਸ਼ 'ਚ ਰਹਿ ਕੇ। ਹੁਣ ਕੁਛ ਲੋਕ ਇਵੇਂ ਮਹਿਸੂਸ ਕਰ ਰਹੇ ਹੋ ਆਪਣੇ ਦੇਸ਼ 'ਚ ਰਹਿ ਕੇ ਨਾ ਕਿ ਮਤਲਬ ਸਾਨੂੰ ਪਤਾ ਨਹੀਂ ਕਿ ਕਿਸ ਟਾਈਮ ਸਾਨੂੰ ਨਿਕਾਲ ਦਿੱਤਾ ਜਾਵੇਗਾ ਜਾਂ ਕੀ ਹੋ ਰਿਹਾ ਹੈ। ਮਤਲਬ ਤੁਸੀਂ ਖੁਦ ਆਈਡੀਆ ਲਗਾ ਲਓ ਕਿ ਪਿਛਲੇ 6 ਸਾਲ ਤੋਂ ਕੀ ਹੋ ਰਿਹਾ ਹੈ ਕਿ ਬੰਦੇ ਖੁਦ, ਮੈਂ ਨਹੀਂ ਕਹਿ ਰਿਹਾ ਕਿ ਮੈਂ ਕੁਛ ਕਿਹੜੇ ਰਿਲੀਜਨ ਨੂੰ ਬਿਲੋਂਗ ਕਰਦਾ ਜਾਂ ਕੁਛ ਵੀ, ਮਤਲਬ ਕਿਸੇ ਨੂੰ ਵੀ ਆਈਡੀਆ ਲਗਾ ਕੇ ਦੇਖ ਲਓ ਕਿ ਜਿਹੜੇ ਕੋਈ ਮੁਸਲਿਮ ਨੇ ਜਾਂ ਕੁਛ ਨੇ, ਅੱਜ ਉਹਨਾਂ ਤੋਂ ਪੁੱਛ ਕੇ ਦੇਖੋ, ਮਤਲਬ ਸੇਫ ਫੀਲ ਨਹੀਂ ਕਰ ਰਹੇ। ਆਪਣੀ ਸਾਡਾ ਤਾਂ ਕੋਈ ਪੋਲੀਟਿਕਸ ਨਾਲ ਰਿਲੇਸ਼ਨ ਹੈ ਨਹੀਂ ਹੈ, ਬਟ ਮੈਨੂੰ ਤਾਂ ਉਹੀ ਲੱਗਦਾ ਆ ਕਿ ਹਾਂ ਬੇ ਹਰ ਜਗ੍ਹਾ ਅੱਜ ਕੱਲ੍ਹ ਪੋਲੀਟਿਕਸ ਹੋ ਗਈ, ਚਾਹੇ ਐਜੂਕੇਸ਼ਨਲ ਇੰਸਟੀਟਿਊਟ ਦੇਖ ਲਓ, ਚਾਹੇ ਪ੍ਰਾਈਵੇਟ, ਮਤਲਬ ਕਿਤੇ ਵੀ ਲਾ ਲਓ, ਜੋਬਸ ਲਾ ਲਓ ਕਿਤੇ ਵੀ, ਪਰ ਲੱਗਦਾ ਨਹੀਂ ਕਿ ਹੁਣ ਤਾਂ ਲੋਕ ਇੰਨੇ ਜਾਗਰੂਕ ਹੋ ਗਏ ਨੇ ਕਿ ਜੋ ਕੰਮ ਕਰੂਗਾ ਉਸੀ 'ਤੇ ਸਰਕਾਰ ਆਊਗੀ। ਬਾਕੀ ਆਪਾਂ ਕੋਈ ਪੋਲੀਟਿਕਸ ਦਾ ਉਹ ਰੱਖ ਨਹੀਂ ਰਹੇ ਹਾਂ ਕਿ ਮੈਂ ਇਸ ਨੂੰ ਬਿਲੋਂਗ ਕਰਦਾ ਇਸ ਨੂੰ, ਹਾਂ ਬਾਕੀ ਜੋ ਕੰਮ ਕਰੂਗਾ ਉਹ ਬਣੂਗਾ। ਅਤੇ ਫਿਰ ਵੀ ਤੁਸੀਂ ਦੋਵੇਂ ਨਿਊਟਰਲ ਰਹਿ ਰਹੇ ਹੋ, ਤੁਹਾਡੀ ਰਾਏ ਦੇ ਵਿੱਚ ਕਿਹੜੀ ਪਾਰਟੀ ਜਿਹੜੀ ਉਹਨੂੰ ਅੱਗੇ ਆਉਣਾ ਚਾਹੀਦਾ, ਰੂਲਿੰਗ ਪਾਰਟੀ ਨੂੰ ਆਉਣਾ ਚਾਹੀਦਾ ਜਾਂ ਕਿਸੇ ਹੋਰ ਪਾਰਟੀ? ਰੂਲਿੰਗ ਪਾਰਟੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਉਹ ਆਪਣਾ ਸਪਰੈਡ ਕਰ ਰਹੀ ਹੈ ਨਾ, ਇੱਕ ਰੰਗ ਨੂੰ ਲੈ ਕੇ ਨਹੀਂ ਚੱਲਣਾ। ਇੰਡੀਆ ਇੱਕ ਰੰਗ ਤੋਂ ਨਹੀਂ ਬਣਿਆ, ਉਹ ਨੀਲੇ ਹਰੇ ਲਾਲ ਸਾਰਿਆਂ ਤੋਂ ਬਣਿਆ, ਉਹ ਡਾਇਵਰਸਿਟੀ ਤੋਂ ਬਣਿਆ। ਇੱਕ ਚੀਜ਼ ਨੂੰ ਜੇ ਫਿਰ ਉਹ ਤਾਂ ਉਹ ਗੱਲ ਆ ਗਈ ਕਿ ਆਪਾਂ ਸੈਕੂਲਰਿਜ਼ਮ ਨੂੰ ਛੱਡ ਕੇ ਇੱਕ ਰਾਸ਼ਟਰ ਦੇ, ਇੱਕ ਹਿੰਦੂ ਰਾਸ਼ਟਰ ਦੀ ਤਰਫ ਵੜ ਰਹੇ ਹਾਂ, ਅਤੇ ਉਹ ਚੀਜ਼ ਮੈਨੂੰ ਗਲਤ ਲੱਗ ਰਹੀ ਹੈ। ਅਤੇ ਗੱਲ ਰਹੀ ਨਿਊਟਰਲ ਰਹਿਣ ਦੀ ਕਿ ਅਸੀਂ ਪੋਲੀਟਿਕਸ ਬਚਪਨ ਤੋਂ ਹੀ ਸ਼ੁਰੂ ਹੁੰਦੀ ਹੈ, ਜਦੋਂ ਟੀਕੇ ਲੱਗਣੇ ਸ਼ੁਰੂ ਹੁੰਦੇ ਆ ਨਾ ਬਿਮਾਰੀ ਦੇ, ਉਹ ਤੋਂ ਪੋਲੀਟਿਕਸ ਸ਼ੁਰੂ ਹੁੰਦੀ ਆ, ਅਤੇ ਮੇਰੇ ਅਕੋਰਡਿੰਗ ਉਹ ਸਹੀ ਵੀ ਆ। ਪੋਲੀਟਿਕਸ ਹੀ ਆਧਾਰ ਹੋਣਾ ਚਾਹੀਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਕੀ ਸਾਰਿਆਂ ਨੂੰ ਛੱਡ ਦਿਓ, ਅਤੇ ਆਪਣਾ ਉਹ ਜਿਹੜਾ ਰਾਜ ਆ ਉਹ ਸਾਬਿਤ ਕਰਨ ਦੇ ਲਈ ਅਤੇ ਦੂਸਰਿਆਂ ਨੂੰ ਬੈਕ ਕਰੋ। ਜਿਵੇਂ ਕਿ ਤੁਹਾਨੂੰ ਪਤਾ ਪ੍ਰਧਾਨ ਮੰਤਰੀ ਕਿਵੇਂ ਕਹਿੰਦਾ ਕਿ ਲੋਕਾਂ ਤੋਂ, ਸ਼ਕਲਾਂ ਤੋਂ, ਕੱਪੜਿਆਂ ਤੋਂ ਪਤਾ ਲੱਗ ਜਾਂਦਾ ਕਿ ਕਿਹੜੇ ਆਤੰਕਵਾਦੀ ਨੇ ਅਤੇ ਕੌਣ ਨੇ। ਹੁਣ ਅਸੀਂ ਯੂਨੀਵਰਸਿਟੀ ਸਾਰੇ ਪੜ੍ਹਦੇ ਹਾਂ, ਸਾਰੇ ਧਰਮ ਦੇ ਲੋਕ ਨੇ, ਅਸੀਂ ਇੱਥੇ ਨਹੀਂ ਫੀਲ ਕਰਦੇ ਸੇਫ। ਕੱਲ੍ਹ ਨਾ ਮੈਂ ਇੱਥੇ ਪਟਾਈ ਹੋਈ ਹੈ ਇੱਕ ਮੁੰਡੇ ਦੀ, ਸਿਕਿਉਰਿਟੀ ਗਾਰਡਾਂ ਨੇ ਕੁੱਟਿਆ ਉਹਨੂੰ, ਉਹ ਕੀ ਸੀ? ਉਹ ਲਿੰਚਿੰਗ ਸੀ, ਉਹ ਮੋਬ ਲਿੰਚਿੰਗ ਸੀ, ਉਹ ਕੀ ਸੀ? ਅਸੀਂ ਇੱਥੇ ਨਹੀਂ ਸੇਫ ਫੀਲ ਕਰ ਰਹੇ ਕੈਂਪਸ ਦੇ ਅੰਦਰ, ਅਤੇ ਬਾਹਰ ਕੀ ਸੇਫ ਫੀਲ ਕਰ ਸਕਦੇ ਹਾਂ? ਮੇਰੀ ਤਾਂ ਇਹ ਨਹੀਂ ਹੋਇਆ। ਨਹੀਂ, ਸਾਨੂੰ ਤਾਂ ਪਾਰਟੀ ਨਾਲ ਤਾਂ ਕੋਈ ਲਿੰਕ ਹੈ ਨਹੀਂ। ਵੈਸੇ ਪਾਰਟੀ ਹੁਣ ਜ਼ਿੰਮੇਵਾਰੀ ਦੱਸ ਹੀ ਰਿਹਾ ਨਾ ਕਿ ਉਰੇ ਰਹਿ ਕੇ ਵੀ ਸੇਫ ਫੀਲ ਨਹੀਂ ਹੋ ਰਿਹਾ। ਇਹ ਐਜੂਕੇਸ਼ਨਲ ਇੰਸਟੀਟਿਊਟ ਹੈ ਅਤੇ ਇੱਥੇ ਸਟੂਡੈਂਟ ਕੀ ਮੇਨ ਮਕਸਦ ਕੀ ਹੈ ਕਿ ਉਹਨੇ ਐਜੂਕੇਸ਼ਨ ਲੈਣਾ, ਠੀਕ ਹੈ ਨਾ। ਹੁਣ ਉਰੇ ਮਤਲਬ ਜੇ ਐਜੂਕੇਸ਼ਨ ਸਟੂਡੈਂਟ ਦੇ ਉੱਥੇ ਜਿਵੇਂ ਮਤਲਬ ਪਿਟਾਈ ਹੋਊਗੀ, ਕੁਛ ਹੋਊਗਾ, ਅਤੇ ਉਹ ਸੇਫ ਫੀਲ ਨਹੀਂ ਕਰੂਗਾ। ਫਿਰ ਇਸ ਤੋਂ ਚੰਗਾ ਕੀ ਹੋ ਸਕਦਾ ਆ? ਫਿਰ ਇਸ ਤਰੀਕੇ ਨਾਲ ਤਾਂ ਯਾਰ ਜੋ ਮਤਲਬ ਜਿੱਥੇ ਉਹ ਸੇਫ ਫੀਲ ਨਹੀਂ ਕਰ ਰਿਹਾ ਉੱਥੇ ਤਾਂ ਕੁਛ ਵੀ ਆਈਡੀਆ ਉਹ ਨਹੀਂ ਲਾ ਸਕਦੇ ਆਪਾਂ ਕਿ ਇਹ ਵਧੀਆ ਹੋ ਰਿਹਾ ਜਾਂ ਨਹੀਂ ਹੋ ਰਿਹਾ। ਬਾਕੀ ਮੈਨੂੰ ਲੱਗਦਾ ਨਹੀਂ ਕਿ ਹਾਲੇ ਕੋਈ ਪਾਰਟੀ ਹੈ ਬਈ ਜੋ ਮਤਲਬ ਜਸਟਿਸ ਤਰੀਕੇ ਨਾਲ ਕੰਮ ਕਰ ਰਹੀ ਹੈ। ਬਾਕੀ ਮੈਂ ਮੇਰੇ ਹਿਸਾਬ ਨਾਲ ਕੇਜਰੀਵਾਲ ਸਭਸੇ ਬੈਸਟ ਹੈ। ਉਸਨੇ ਮੈਮ ਲਗਭਗ ਜ਼ਿਆਦਾਤਰ ਐਜੂਕੇਸ਼ਨ ਪਰ ਜ਼ੋਰ ਦਿਆ, ਐਜੂਕੇਸ਼ਨ ਉਸਨੇ ਸਿਸਟਮ ਹੈ ਨਾ ਜੋ ਬਹੁਤ ਵਧੀਆ ਕਰ ਦਿਆ ਸੀ। ਮੈਂ ਤਾਂ ਐਜੂਕੇਸ਼ਨ ਦੇ ਲੈਵਲ ਪਰ ਕਹਤਾ ਹੂੰ ਕਿ ਕੇਜਰੀਵਾਲ ਜੋ ਨਾ ਬੈਸਟ ਹੈ ਯਹਾਂ ਸਰ। ਮੈਮ ਮੇਰੇ ਅਕੋਰਡਿੰਗ ਤਾਂ ਕੇਜਰੀਵਾਲ ਹੀ ਹੈ ਸਭ ਤੋਂ ਬੈਸਟ, ਕਿਉਂਕਿ ਮੈਮ ਜੋ ਲੋਕਾਂ ਨੇ ਉਮੀਦ ਰੱਖੀ ਉਹਦੇ ਕਾਰਨ ਉਹਨਾਂ ਦੀਆਂ ਉਮੀਦਾਂ ਪੂਰੀਆਂ ਹੋ ਰਹੀਆਂ। ਮੈਮ ਬਾਕੀ ਤਾਂ ਮੈਮ ਵਿੱਚ ਹੈ, ਅਡਿਕਸ਼ਨ ਤਾਂ ਆਉਂਦੀ ਆਉਂਦੀ ਹੈ, ਰੋੜੇ ਕਈ ਬੰਦੇ ਜਦੋਂ ਰਾਹ 'ਤੇ ਚੱਲਣਾ ਵੇ, ਅਤੇ ਬਾਕੀ ਮੈਮ ਕੇਜਰੀਵਾਲ ਸਭ ਤੋਂ ਬੈਸਟ ਹੈ ਇਸ ਟਾਈਮ। ਬਾਕੀ ਪੰਜਾਬ ਦੀ ਗੱਲ ਕਰਦੇ ਹੋ, ਪੰਜਾਬ 'ਚ ਤਾਂ ਮੈਮ ਲੋਕ ਅਕਾਲੀ ਦਲ ਲਿਆਉਣਾ ਚਾਹੁੰਦੇ ਦੁਬਾਰਾ, ਜੋ ਉਮੀਦਾਂ ਜੋ ਪਹਿਲਾਂ ਉਹਨਾਂ ਨੇ ਜੋ ਪੂਰੀਆਂ ਕੀਤੀਆਂ ਸੀ ਉਹ ਮੈਮ ਉਹ ਦੁਬਾਰਾ ਕਾਂਗਰਸਕਾਰ ਉਹ ਚੀਜ਼ ਬਣਾ ਨਹੀਂ ਰਹੀ ਮੈਮ। ਮੈਮ ਮੇਰੇ ਅਕੋਰਡਿੰਗ ਜਿਵੇਂ ਹੁਣ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਰਹਿ ਚੁੱਕੇ ਨੇ ਨਾ, ਹੈ ਨਾ, ਅਤੇ ਉਹਨਾਂ ਨੇ ਜਿੰਨਾ ਕੰਮ ਕੀਤਾ, ਹੁਣ ਜਿਹੜੀ ਓਪੋਜੀਸ਼ਨ ਪਾਰਟੀ ਉਹਨਾਂ ਨੇ ਤਾਂ ਬੋਲਣਾ ਹੀ ਹੈ। ਜਿਵੇਂ ਸਰਕਾਰੀ ਸਕੂਲਸ ਵਿੱਚ ਕੰਮ ਹੋਇਆ, ਪਰ ਓਪੋਜੀਸ਼ਨ ਪਾਰਟੀ ਨੇ ਸਿਰਫ 4 ਸਕੂਲ ਲੱਭੇ ਹੈ ਜਿਨ੍ਹਾਂ ਵਿੱਚ ਕੰਮ ਨਹੀਂ ਹੋਇਆ ਹੈਗਾ ਕਹਿੰਦੇ,
ਅਤੇ ਉਹੀ ਨਾ ਕੰਮ ਹੋਇਆ ਹੁਣ, ਇਲੈਕਟ੍ਰੀਸਿਟੀ ਦਾ ਬਿੱਲ ਉੱਧਰ ਫ੍ਰੀ ਹੈ, ਕਿੰਨਾ ਕੁਛ ਉੱਧਰ ਲੋਕਾਂ ਨੂੰ ਸਹੂਲਤ ਹੈ, ਅਤੇ ਉਹ ਜਦੋਂ ਇਲੈਕਸ਼ਨ ਹੋਣੀ ਹੈ ਪਤਾ ਤਾਂ ਲੱਗ ਹੀ ਜਾਣਾ ਕਿੰਨੇ ਜਿੱਤਣਾ ਕਿੰਨਾ ਨਹੀਂ। ਬਾਕੀ ਜਿਹੜੀ ਓਪੋਜੀਸ਼ਨ ਪਾਰਟੀ ਉਹਨਾਂ ਨੇ ਤਾਂ ਬੋਲਦੇ ਹੀ ਰਹਿਣਾ, ਨਾਲੇ ਮੇਨਲੀ ਜਿਹੜੀ ਵੀ CM ਜਿੱਦਣ ਨਾ ਪੜ੍ਹਿਆ ਲਿਖਿਆ ਬਹੁਤ ਹੋਣਾ ਜ਼ਰੂਰੀ ਹੈ, ਹੁਣ ਜਿਵੇਂ ਅਰਵਿੰਦ ਕੇਜਰੀਵਾਲ ਤਾਂ ਤੁਹਾਨੂੰ ਪਤਾ ਹੀ ਹੈ IAS, ਠੀਕ ਹੈ ਨਾ, ਉੱਧਰੋਂ ਤਾਂ ਕਰਕੇ ਤਾਂ ਮੈਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਲਾਉਣਗੇ। ਮੈਂ ਮੇਰੇ ਅਕੋਰਡਿੰਗ ਇੱਦਾਂ ਵਾ ਕਿ ਸਰਕਾਰ ਜਿਹੜੀ ਮਰਜ਼ੀ ਆਵੇ ਪਰ ਮਤਲਬ ਕਿ ਉਹ ਲੋਕਾਂ ਦੀ ਫੀਲਿੰਗ ਸਮਝ ਸਕਣ, ਉਹ ਕੀ ਚਾਹੁੰਦੇ ਆ, ਉਹਨਾਂ ਦੇ ਕੀ ਮੋਟਿਵ ਆ, ਕਿ ਉਹ ਕਿੱਦਾਂ ਲੋਕਾਂ ਦੀ ਮਦਦ ਕਰ ਸਕਦੇ ਆ, ਇਹਦੇ ਅਕੋਰਡਿੰਗ ਆ ਸਰਕਾਰ ਮੇਰੇ ਜਿਹੜੀ ਮਰਜ਼ੀ ਆਵੇ, ਪਰ ਇਹ ਕਿ ਲੋਕਾਂ ਦੀ ਫੀਲਿੰਗ ਸਮਝੇ ਜਾਂ ਲੋਕਾਂ ਦੀ ਲੋੜਾਂ ਨੂੰ ਪੂਰੀਆਂ ਕਰਨ, ਕਿਉਂਕਿ ਲੋਕਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਜੋਬਸ ਅਕੋਰਡਿੰਗ, ਲੋਕਾਂ ਨੂੰ ਜੋਬਸ ਨਹੀਂ ਮਿਲ ਰਹੀਆਂ ਗੌਰਮੈਂਟ ਜੋਬਸ, ਐਂਡ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਤੇ ਲੋਕਾਂ ਨੂੰ ਕਹਿਣ ਵਾਸਤੇ ਕਿ ਤੁਸੀਂ ਵਧੀਆ ਕਰ ਸਕਦੇ ਜੀ, ਸਰਕਾਰਾਂ ਨੂੰ ਇਹ ਕਰਨਾ ਚਾਹੀਦਾ ਵਾ ਅਤੇ ਲੋਕਾਂ ਨੂੰ ਵਧੀਆ ਮੋਟਿਵ ਦੇਣਾ ਚਾਹੀਦਾ ਵਾ। ਅਰਵਿੰਦ ਕੇਜਰੀਵਾਲ ਉਹਨਾਂ ਨੇ ਵਧੀਆ ਕੰਮ ਕੀਤੇ ਆ, ਅਤੇ ਬਿਜਲੀ ਵਗੈਰਾ ਉਹ ਵੀ ਬਹੁਤ ਜ਼ਿਆਦਾ ਸਸਤੀ ਕੀਤੀ ਆ, ਮੁਫਤ ਕੀਤੀ ਆ, ਬੱਚਿਆਂ ਲਈ ਸਕੂਲ ਬਣਾਏ ਆ, ਅਤੇ ਬਹੁਤ ਵਧੀਆ, ਉਹਨਾਂ ਦੀ ਹੀ ਆਉਣੀ ਚਾਹੀਦੀ ਆ ਨੈਕਸਟ ਟਾਈਮ, ਮੇਰਾ ਖਿਆਲ ਪੰਜਾਬ 'ਚ ਵੀ ਉਹਨਾਂ ਦਾ ਹੀ ਆਉਣਾ ਚਾਹੀਦਾ, ਕਿਉਂਕਿ ਉਹੀ ਵਧੀਆ ਕੰਮ ਕਰਦੇ ਆ, ਬਾਕੀ ਕਾਂਗਰਸ ਅਤੇ ਅਕਾਲੀ ਉਹ ਬਿਲਕੁਲ ਜ਼ੀਰੋ ਆ। ਮੇਰੇ ਸਾਹਿਬ ਨਾਲ ਵੀ ਕੇਜਰੀਵਾਲ ਸਰ ਦੀ ਆਏਗੀ, ਮਤਲਬ ਸਰਕਾਰ ਕੋਈ ਕੰਮ ਉਹਨਾਂ ਨੇ ਅੱਛਾ ਕੀਤਾ, ਉਹੀ ਜਿਵੇਂ ਕਹਿ ਰਹੇ ਨੇ ਕਿ ਸਕੂਲ ਬਣਾਏ ਨੇ, ਉਹ ਹੋਏ ਨੇ, ਪਾਣੀ ਦਾ ਉੱਥੇ ਕਾਫੀ ਹੋਇਆ, ਈਵਨ ਐਨ ਓਰਡਰਸ ਔਰ ਰੂਲਸ ਸੀਗੇ ਉਹ ਵੀ ਕਾਫੀ ਠੀਕ ਹੋਇਆ, ਅਤੇ ਮੇਰੇ ਸਾਹਿਬ ਨਾਲ ਕੇਜਰੀਵਾਲ ਹੀ ਬੈਸਟ ਆ ਅਤੇ ਉਹੀ ਆਉਣਗੇ। ਬਿਲਕੁਲ ਕੇਜਰੀਵਾਲ ਹੀ ਆਉਣਾ ਚਾਹੀਦਾ, ਬਾਕੀ ਸਾਰੇ ਜਿਹਨੇ ਵੀ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਉਹੀ ਬੈਸਟ ਹੈ। ਮੈਮ ਕਲੀਅਰ ਹੈ ਗੱਲ ਤਾਂ ਵੀ ਕੇਜਰੀਵਾਲ ਦੀ ਹੀ ਸਰਕਾਰ ਆਊਗੀ, ਕਿਉਂਕਿ ਉਹਨਾਂ ਨੇ ਕੰਮ ਬਹੁਤ ਵਧੀਆ ਕਰੇ ਉੱਥੇ, ਸਕੂਲਾਂ ਦਾ ਹੋ ਗਿਆ, ਜਿਵੇਂ ਬਿਜਲੀ ਦਾ ਹੋ ਗਿਆ, ਪਾਣੀ ਫਰੀ, ਇਲੈਕਟ੍ਰੀਸਿਟੀ ਵਗੈਰਾ, ਤਾਂ ਉਹਦੇ ਕਰਕੇ ਵੀ 100% ਕੇਜਰੀਵਾਲ ਦੀ ਸਰਕਾਰ ਆਊਗੀ। ਮੇਰੇ ਹਿਸਾਬ 'ਚ ਤਾਂ ਕੇਜਰੀਵਾਲ ਕੀ ਸਰਕਾਰ ਬਣੇਗੀ, ਕਿਉਂਕਿ ਕੇਜਰੀਵਾਲ ਨੇ ਵਹਾਂ ਪੇ ਸਕੂਲ ਔਰ ਜੋ ਹੋਸਪਿਟਲਸ ਹੈ ਉਸਮੇ ਅੱਛਾ ਕੰਮ ਕੀਆ ਹੈ, ਔਰ ਇਸਕੇ ਇਲਾਵਾ ਬਾਕੀ ਜੋ ਓਵਰਆਲ ਜੋ ਕੈਗ ਕੀ ਜੋ ਰਿਪੋਰਟ ਆਈ ਥੀ ਉਸਨੇ ਵੀ ਵਹਾਂ ਕੇ ਜੋ ਰਿਵੇਨਿਊ ਔਰ ਜੋ ਐਕਸਪੈਂਡੀਚਰ ਥਾ ਉਸਕੀ ਪ੍ਰਸ਼ੰਸਾ ਕਰੀ ਥੀ, ਤੋ ਓਵਰਆਲ ਜੋ ਗਵਰਨੈਂਸ ਥਾ ਵੋ ਕੇਜਰੀਵਾਲ ਕਾ ਬਹੁਤ ਬੜੀਆ ਥਾ, ਤੋ ਮੇਰੇ ਖਿਆਲ ਸੇ ਕੇਜਰੀਵਾਲ ਕੀ ਹੀ ਸਰਕਾਰ ਬਣਨੀ ਚਾਹੀਏ। ਔਰ ਅਗਰ ਬੀਜੇਪੀ ਨੇ ਜੋ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰੀ ਹੈ ਪਿਛਲੇ ਕੁਛ ਦਿਨੋਂ ਮੈਂ ਸ਼ਾਹੀਨ ਬਾਗ ਕੋ ਬਾਰ ਬਾਰ ਸ਼ਾਹੀਨ ਬਾਗ ਬੋਲ ਰਹੇ ਥੇ, ਤੋ ਉਸਸੇ ਕੁਛ ਲੋਕ ਹੋ ਸਕਤਾ ਹੈ ਕਿ ਵੋ ਪੋਲਰਾਈਜ਼ ਹੋ ਜਾਏ, ਬਟ ਬੀਜੇਪੀ ਹੋ ਸਕਤਾ ਉਸ 4 ਕੀ ਜਗ੍ਹਾ 10 ਸੀਟਾਂ ਲੈ ਆਏ 12, ਬਟ ਸਰਕਾਰ ਉਨਕੀ ਨਹੀਂ ਬਣੇਗੀ, ਸਰਕਾਰ ਤੋ ਕੇਜਰੀਵਾਲ ਕੀ ਹੀ ਬਣਨੀ ਚਾਹੀਏ। ਔਰ ਅਗਰ ਬੀਜੇਪੀ ਕੀ ਬਣ ਜਾਤੀ ਹੈ ਤੋ ਹਮ ਤੋ ਕਹੇਂਗੇ ਕਿ ਭਾਈ ਫਿਰ ਤੋ ਜਨਤਾ ਕੇ ਲਈ ਇੱਕ ਨੈਗੇਟਿਵ ਮੈਸੇਜ ਹੋਗਾ, ਕਾਮ ਕਰਨੇ ਵਾਲੇ ਕਾ ਵੋਟ ਦੇਤੇ ਨਹੀਂ ਹੋ, ਜੋ ਕਮਿਊਨਲ ਜੋ ਪੋਲਰਾਈਜੇਸ਼ਨ ਕਰਨੇ ਵਾਲੇ ਉਨਕੋ ਵੋਟ ਦੇਤੇ ਹੋ, ਤੋ ਮੁਝੇ ਲਗਤਾ ਕੇਜਰੀਵਾਲ ਕੀ ਸਰਕਾਰ ਬਣੇਗੀ ਵਹਾਂ ਪੇ। ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਦਿੱਲੀ ਦੇ ਨਤੀਜੇ ਪੂਰੇ ਦੇਸ਼ ਦੀ ਸਿਆਸਤ ਦੇ ਸਮੀਕਰਨ ਬਦਲ ਸਕਦੇ ਨੇ, ਖਾਸ ਕਰਕੇ 2022 ਵਿੱਚ ਪੰਜਾਬ ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਇਹਨਾਂ ਨਤੀਜਿਆਂ ਦਾ ਅਸਰ ਹੋ ਸਕਦਾ ਹੈ ਜਾਂ ਨਹੀਂ, ਇਸ ਬਾਰੇ ਸਾਡੇ ਸਹਿਯੋਗੀ ਰਵੀ ਸੰਗਰਾਹੂਰ ਵੱਲੋਂ ਸਿਆਸੀ ਮਾਹਿਰ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ, ਜਿਨ੍ਹਾਂ ਮੁਤਾਬਕ ਪੰਜਾਬ ਦੀ ਸਿਆਸਤ ਇਸ ਨਾਲ ਪ੍ਰਭਾਵਿਤ ਨਹੀਂ ਹੋਏਗੀ। ਦਿੱਲੀ ਦੀ ਚੋਣ ਨਾ ਬਹੁਤ ਮਹੱਤਵਪੂਰਨ ਚੋਣ ਆ, ਇੱਕ ਤਾਂ ਇਸ ਕਰਕੇ ਕਿਉਂਕਿ ਦਿੱਲੀ ਸਾਰੇ ਦੇਸ਼ ਦਾ ਪਾਵਰ ਸੈਂਟਰ ਆ, ਉੱਥੋਂ ਸਾਰਾ ਦੇਸ਼ ਕੰਟਰੋਲ ਹੁੰਦਾ। ਦੂਜਾ ਇੱਕ ਨਵੀਂ ਕਿਸਮ ਦੀ ਐਕਸਪੈਰੀਮੈਂਟ BJP ਕਰ ਰਹੀ ਆ ਦਿੱਲੀ ਦੀ ਸਰਕਾਰ 'ਤੇ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦਾ ਧਾਰਮਿਕ ਤੌਰ 'ਤੇ ਧਰੁਵੀਕਰਨ ਕਰਕੇ ਇਹ ਰਾਜਨੀਤੀ ਉਹਨਾਂ ਨੂੰ ਲਾਹਾ ਦਊਗੀ ਜਾਂ ਇਹ ਰਾਜਨੀਤੀ ਲੋਕ ਇਸ ਨੂੰ ਨਹੀਂ ਚੁੱਕਣਗੇ, ਨਕਾਰਨਗੇ। ਇੱਕ ਤਾਂ ਇਹ ਐਕਸਪੈਰੀਮੈਂਟ ਜਿਹੜੀ ਆ ਦਿੱਲੀ ਦੇ ਵਿੱਚ BJP ਕਰ ਰਹੀ, ਉਹ ਸ਼ਾਹੀਨ ਬਾਗ ਦਾ ਲਾ ਕੇ ਸਾਰਾ, ਕਦੀ ਕੀ ਗਾਲੀ ਗਲੋਚ,
ਅਤੇ ਗੋਲੀ ਮਾਰੋ ਅਤੇ ਕੀ ਨਹੀਂ ਅਤੇ ਰੇਪ ਕਰਨਗੇ ਇਹ ਪਾਕਿਸਤਾਨੀ ਆ ਉਹ ਫਲਾਨਾ ਬੜੇ ਬੜੇ ਮਨਿਸਟਰ ਹੋਰ ਸਾਰੇ ਇੱਕ ਦੂਜੇ ਨਾਲ ਲੱਗੇ ਰਹੇ ਆ। ਇਸ ਕਰਕੇ ਇੱਕ ਤਾਂ ਇਹ ਗੱਲ ਵੇਖਣ ਵਾਲੀ ਆ ਕਿ ਉਹਨਾਂ ਨੇ ਧਰੁਵੀਕਰਨ ਕਰਨ ਦੀ ਕਿ ਮੁਸਲਿਮ ਵਰਸਿਜ਼ ਹਿੰਦੂ ਇਹ ਸਾਰਾ ਕੇਸ ਬਣ ਜਾਏ ਪੂਰੀ ਕੋਸ਼ਿਸ਼ ਕੀਤੀ ਆ ਔਰ ਹਰ ਕਿਸਮ ਦੀ ਵਾਇਲੈਂਸ ਨੂੰ ਵੀ ਉਕਸਾਹਟ ਦਿੱਤੀ ਆ ਜਿਹਦੇ ਵਿੱਚ ਇਹਨਾਂ ਦੇ ਬੰਦਿਆਂ ਨੂੰ ਸਜ਼ਾਵਾਂ ਵੀ ਮਿਲੀਆਂ। ਮਤਲਬ ਇਲੈਕਸ਼ਨ ਕਮਿਸ਼ਨ ਨੇ ਘਰ ਬਿਠਾਇਆ ਸਾਰਾ ਕੁਝ ਕੀਤਾ ਹੁਣ ਤੱਕ ਵੀ ਕੱਲ੍ਹ ਤੱਕ ਵੀ ਕੀਤਾ ਉਹਨਾਂ ਨੇ। ਦੂਜੀ ਗੱਲ ਇਹ ਕਿ ਦੂਜੇ ਪਾਸੇ ਜਿਹੜਾ ਏਜੰਡਾ ਖਿੱਚ ਕੇ ਲਿਜਾਣ ਵਾਲਾ ਸੀਗਾ ਉਹ ਕੇਜਰੀਵਾਲ ਸੀਗਾ। ਤੁਸੀਂ ਇੰਝ ਸਮਝੋ ਕਿ ਇਹ ਇਲੈਕਸ਼ਨ ਆਮ ਆਦਮੀ ਪਾਰਟੀ ਅਤੇ BJP ਦੇ ਵਿਚਾਲੇ ਨਹੀਂ, ਸਿੱਧੇ ਸਿੱਧੇ ਦੰਗਲ ਹੋਮ ਮਿਨਿਸਟਰ ਅਮਿਤ ਸ਼ਾਹ ਅਤੇ ਕੇਜਰੀਵਾਲ ਦੇ ਵਿਚਾਲੇ ਸੀ। ਅਤੇ ਉਹ ਦੋਵੇਂ ਉੱਧਰੋਂ ਉਹ ਇੱਕ ਫਾਇਰ ਕਰਦਾ ਸੀ ਉੱਧਰੋਂ ਉਹ ਫਾਇਰ ਕਰਦਾ ਸੀ, ਇਹ ਲੱਗਾ ਰਿਹਾ। ਉਹ ਕਹਿੰਦਾ ਰਿਹਾ ਕਿ ਦੇਖੋ ਮੈਂ ਵਿਕਾਸ ਕੀਤਾ, ਤੁਸੀਂ ਆਓ ਮੇਰੇ ਪਲੇਟਫਾਰਮ 'ਤੇ ਮੇਰੇ ਨਾਲ ਗੱਲ ਕਰੋ। ਕੱਲ੍ਹ ਵੀ ਉਹਨਾਂ ਨੇ ਚੁਣੌਤੀ ਦਿੱਤੀ ਕਿ ਮੇਰੇ ਨਾਲ TV 'ਤੇ ਖੁੱਲ੍ਹੀ ਬਹਿਸ ਕਰੇ, ਖੁੱਲ੍ਹੇ ਖੁੱਲ੍ਹੇ ਤੌਰ 'ਤੇ ਉਹਨਾਂ ਦੇ ਵੱਲੋਂ ਕਿਹਾ ਜਾ। ਹਾਂ, ਦੂਜਾ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਚੀਫ ਮਿਨਿਸਟਰ ਦਾ ਕੈਂਡੀਡੇਟ ਲੈ ਕੇ ਆਓ ਅਤੇ ਮੇਰੇ ਨਾਲ ਖੁੱਲ੍ਹੀ ਬਹਿਸ ਕਰੋ। ਕਿਹੜਾ ਤੁਹਾਡੇ ਕੋਲ ਬੰਦਾ ਹੀ ਨਹੀਂ ਚੀਫ ਮਿਨਿਸਟਰ ਲਈ, ਮੈਂ ਖੜਾ ਹਾਂ ਲਮਜਾਣੀ। ਉਹ ਇੱਧਰੋਂ ਲਲਕਾਰੇ ਮਾਰਦਾ ਰਿਹਾ, ਦੂਜੇ ਪਾਸੇ ਉਹ ਹੋਮ ਮਿਨਿਸਟਰ ਕੀ ਕਹਿੰਦਾ ਰਿਹਾ ਇਹ ਸ਼ਹੀਨ ਬਾਗ ਜਾਏ, ਇਹ ਅਨਾਰਕਿਸਟ ਹੈਗਾ, ਇਹ ਟੈਰਰਿਸਟ ਹੈਗਾ, ਵਿੱਚੇ ਜਾਵੜੇਕਰ ਹੋਰ ਸਾਰੇ ਇਹ ਲੱਗੇ ਰਹੇ ਉਹਨੂੰ ਉਕਸਾਉਣ ਲਈ। ਜੇ ਤੈਨੂੰ ਇੰਨਾ ਹੀ ਆ ਤਾਂ ਤੂੰ ਬਹੁਤ ਇਨਸਾਫ ਪਸੰਦ ਆ ਤਾਂ ਤੂੰ CA ਦੇ ਵਿਰੁੱਧ ਆ ਅਤੇ ਜਾ ਕੇ ਫਿਰ ਸ਼ਹੀਨ ਬਾਗ ਦੇ ਜਾ, ਤਾਂ ਕਿ ਇਹਦੇ 'ਤੇ ਉਹ ਚਾਹੁੰਦੇ ਸੀ ਵੀ ਇਹਨੂੰ ਲੇਬਲ ਲਾਈਏ। ਇਹ ਵੀ ਇਹ ਬਥੇਰਾ ਚਲਾਕ ਹੈਗਾ ਆ, ਬਥੇਰਾ ਚੁਸਤ ਹੈਗਾ, ਇਹਨੇ ਸੋਚਿਆ ਵੀ ਮੈਂ ਲੇਬਲ ਲੱਗਣ ਨਹੀਂ ਦੇਣਾ, ਦੱਬੀ ਜੀ ਜ਼ਬਾਨ 'ਚ ਮਾੜੀ ਜੀ ਕਿਤੇ ਕਿਤੇ ਸਪੋਰਟ ਕਰਤੀ ਜਿਹੜੀ ਕਿਸੇ ਨੂੰ ਨਜ਼ਰ ਆਵੇ ਕਿਸੇ ਨੂੰ ਨਾ ਆਵੇ। ਉਹ ਸਾਰੀ ਦੀ ਸਾਰੀ ਵੋਟਾਂ ਦੀ ਖੇਲ ਦੋਵੇਂ ਪਾਸਿਓਂ ਸੀਗੀ, ਪਰ ਦੋ ਏਜੰਡੇ ਪੈਰਲਲ ਸੀਗੇ। ਕੇਜਰੀਵਾਲ ਦਾ ਏਜੰਡਾ ਬੜਾ ਸਾਫ਼ ਸਾਫ਼ ਇਹ ਸੀ ਕਿ ਸਕੂਲਾਂ ਦਾ, ਹੈਲਥ ਦਾ, ਇਨਫਰਾਸਟ੍ਰਕਚਰ ਦਾ, ਸਸਤਾ ਪਾਣੀ, ਸਸਤੀ ਬਿਜਲੀ, ਵੀ ਮੈਂ ਤਾਂ ਸੋਸ਼ਲ ਵੈਲਫੇਅਰ ਦਾ ਕੰਮ ਕਰਦਾ, ਬਜਟ ਵਧਾਇਆ, ਖਰਚੇ ਵਧਾਏ, ਐਜੂਕੇਸ਼ਨ ਦਾ ਵਧਾਇਆ, ਉਹ ਇਸ ਗੱਲ ਨੂੰ ਖਿੱਚਣਾ ਚਾਹੁੰਦਾ ਸੀ ਜੇ ਇਹ ਖਿੱਚੇ ਨਹੀਂ ਗਏ। ਇਹ ਇਸ ਗੱਲ 'ਤੇ ਆਉਣਾ ਹੀ ਨਹੀਂ ਚਾਹੁੰਦੇ ਕਿਉਂਕਿ ਇਸ ਪਾਸੇ ਬਹੁਤ ਮਾਰ ਖਾਂਦੇ ਆ BJP ਜੇ ਵਿਕਾਸ ਦੇ ਰਸਤੇ 'ਤੇ ਇਹਨਾਂ ਨੂੰ ਚੁਣੌਤੀਆਂ ਪਾਉਣ ਦਿਖਾਉਣ ਦੇ ਲਈ ਕੁਛ ਹੈ ਨਹੀਂ, ਕੁਛ ਵੀ ਨਹੀਂ, ਫਲਾਹ ਕਰਤਾ, ਤਬਾਹ ਕਰਤਾ। ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਸਹੀ, ਇੱਥੇ ਸਿਵਲ ਵਾਰ ਲੱਗਣ ਵਾਲੀ ਹਾਲਾਤ ਬਣ ਜਾਣਗੇ। ਇਸ ਕਰਕੇ ਨਹੀਂ ਕਿ ਧਰਮਾਂ ਦੀ ਅੱਗ ਲਾ ਰਹੇ ਆ, ਚੁਆਤੀ ਪਾ ਰਹੇ ਆ, ਪਾਣੀ ਦੀ ਜਗ੍ਹਾ ਵੀ ਜੇ ਕਿਤੇ ਫਾਇਰ ਬ੍ਰਿਗੇਡ ਆ ਨਾ ਉਹਦੇ ਵਿੱਚ ਵੀ ਮੜ ਜਾ ਪੈਟਰੋਲ ਪਾ ਦਿੰਦੇ ਆ ਕਿ ਸਗੋਂ ਹੋਰ ਅੱਗ ਲੱਗ ਜੇ, ਅੱਗ ਬੁਝਾਉਣ ਦੀ ਜਗ੍ਹਾ, ਇਹੋ ਜਿਹੇ ਹਾਲਾਤ ਬਣਾਏ ਪਏ ਇਹਨਾਂ ਨੇ। ਲੇਕਿਨ ਦੂਜੇ ਪਾਸੇ ਜਿਹੜਾ ਆ ਇਹਨਾਂ ਦੀ ਇਸ ਕਰਕੇ ਵੀ ਹਾਲਾਤ ਜ਼ਿਆਦਾ ਖਰਾਬ ਹੋਣ ਵਾਲੇ ਆ ਕਿ ਦੇਸ਼ ਦੇ ਅੰਦਰ ਜੋ ਅਰਥ ਵਿਵਸਥਾ ਉਹ ਬਹੁਤ ਜ਼ਿਆਦਾ ਭਿਆਨਕ ਸੰਕਟ ਦੇ ਵਿੱਚੋਂ ਆ। ਉਹ ਇਸ ਕਰਕੇ ਨਹੀਂ ਕਿ ਜਿਹੜੀ ਸਾਈਕਲੀਕਲ ਜਿਹੜੀ ਇਹ ਗੱਲ ਕਹਿ ਰਿਹਾ ਕਿ ਇਹ ਤਾਂ ਜਿਸ ਤਰ੍ਹਾਂ ਸਾਨੂੰ ਮੌਸਮ ਬਦਲਣਾ, ਠੰਡ ਤੱਪਾ, ਖੰਡ ਖੰਘ ਖੁੰਘ ਲੱਗਦੀ ਹੈ ਨਾ, ਮੰਮੀ ਵਿੱਚ ਖੰਘਦਾ ਆ, ਇਹ ਜਿਹੜੀ ਇੱਕ ਸਾਈਕਲੀਕਲ ਹੁੰਦੀ ਆ ਵੀ ਮੌਸਮ ਬਦਲਿਆ ਕਹਿਣਾ ਜੀ ਕੋਈ ਨਹੀਂ ਮੜ ਜਾ ਖੰਘ 'ਤੇ ਲੱਗਦੀ ਆ, ਕਿਸੇ ਨੂੰ ਬੁਖਾਰ ਹੋ ਗਿਆ, ਬੁਖਾਰ ਹੋ ਗਿਆ, ਇਹਨੂੰ ਮੌਸਮੀ ਸਾਈਕਲੀਕਲ। ਇਹ ਸਾਡੇ ਭਾਰਤ ਦੀ ਜਿਹੜੀ ਅਰਥ ਵਿਵਸਥਾ ਦੀ ਪ੍ਰੋਬਲਮ ਸਾਈਕਲੀਕਲ ਨਹੀਂ ਹੈ, ਗਲੋਬਲ ਹੋ ਸਕਦੀ ਆ। ਇਹਨਾਂ ਦੀ ਸਟਰਕਚਰਲ ਆ ਕਿ ਜਿਹੜਾ ਤੁਹਾਡੇ ਜਿਸ ਤਰ੍ਹਾਂ ਤੁਹਾਨੂੰ ਕੈਂਸਰ ਹੋ ਜਾਏ ਜਾਂ ਕੋਈ ਹੋਰ ਭਿਆਨਕ ਬਿਮਾਰੀ ਲੱਗ ਜਾਏ ਉਹ ਤੁਹਾਡੇ ਬੋਡੀ ਦੀ ਸਟਰਕਚਰਲ ਹੈਗੀ, ਜੇ ਉਹਨੂੰ ਕਰੈਕਟ ਨਹੀਂ ਕਰੋਗੇ ਬੋਡੀ ਚਲੇ ਜੂਗੀ, ਸਿਸਟਮ ਖ ਇਹ ਇਸ ਕਰਕੇ ਜਿਹੜੀ ਸਾਡੀ ਅਰਥ ਵਿਵਸਥਾ ਦੇ ਢਾਂਚੇ ਦੀ ਬਿਮਾਰੀ ਹੈ ਜਿਹਨੂੰ ਸਟਰਕਚਰਲ ਕਹਿੰਦੇ ਆ, ਅਤੇ ਉਸ ਗੱਲ ਨੂੰ ਇਹ ਮੰਨਣ ਲਈ ਤਿਆਰ ਨਹੀਂ। ਉਹਦੇ 'ਚ ਨਾ ਇਹਨਾਂ ਨੂੰ ਪਤਾ ਲੱਗਦਾ ਕਿਉਂਕਿ ਇਹ ਡਾਕਟਰ ਤਾਂ ਹੈ ਨਹੀਂ ਇਕੋਨਮੀ ਦੇ, ਜਿਵੇਂ ਬੋਡੀ ਦੇ ਡਾਕਟਰ ਹੁੰਦੇ ਆ, ਇਹ ਬਿਲਕੁਲ ਜਿਹੜਾ ਕੋਈ ਚੱਜ ਦਾ ਬੰਦਾ ਇਹਨਾਂ ਦੇ ਕੋਈ ਨੇੜੇ ਆਉਂਦਾ ਉਹਨੂੰ ਡਾਂਗ ਲੈ ਕੇ ਪਿੱਛੇ ਪੈ ਜਾਂਦੇ ਆ। ਪ੍ਰੋਫੈਸਰ ਠੀਕ ਹੈ ਮਾਹੌਲ ਉੱਥੋਂ ਦਾ ਜਿੱਦਾਂ ਦਾ ਹੈਗਾ, BJP ਦਾ ਵੀ ਸਭ ਨੂੰ ਪਤਾ ਹੈ ਕਿ ਕੀ ਕੁਛ ਚੱਲ ਰਿਹਾ,
ਜੇ ਓਪੀਨੀਅਨ ਦੀ ਗੱਲ ਕਰੀਏ, ਤੁਹਾਡਾ ਓਪੀਨੀਅਨ ਕੀ ਕਹਿੰਦਾ ਕਿ ਦਿੱਲੀ ਦੇ ਵਿੱਚ ਨਤੀਜੇ ਕਿਸ ਤਰ੍ਹਾਂ ਦੇ ਰਹਿ ਸਕਦੇ ਆ? ਦੇਖੋ, ਬੜੀ ਸਾਫ਼ ਆ ਕਿ ਜਿਹੜੀ BJP ਆ ਉਹ ਬੜੇ ਲੋ ਲੈਵਲ ਤੋਂ ਚੱਲੀ ਸੀ ਅਤੇ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਇੱਕ ਕਾਫੀ ਐਡਵਾਂਟੇਜ ਦੇ ਨਾਲ ਚੱਲੀ ਸੀਗੀ ਲੋਕਾਂ ਦੀ। ਉਹਦੀ ਜਨਰਲੀ ਸ਼ੁਰੂ ਤੋਂ ਹੀ, ਮਤਲਬ ਪਿਛਲੇ 1-2 ਸਾਲ ਤੋਂ ਹੀ ਤੁਸੀਂ ਹਵਾ ਸੁਣੀ ਜਾਂਦੇ ਆ ਕਿ ਕੇਜਰੀਵਾਲ ਲੈ ਜੂਗਾ, ਕੇਜਰੀਵਾਲ ਦਾ ਲੋਕਾਂ 'ਚ ਆਧਾਰ ਹੈਗਾ, ਚੰਗਾ ਪਰਸੈਪਸ਼ਨ ਬਣੀ ਆ। ਪਰ ਵਿੱਚ ਜੇ ਜਦੋਂ ਇਹਨਾਂ ਨੇ ਧਰੂਵੀਕਰਨ ਦੀ ਤਿੱਖੀ ਕਰਤੀ, ਫਾਇਰਫੂਰ ਹੋ ਗਏ, ਕਿਸੇ ਨੇ ਗੋਲੀ ਮਾਰਤੀ, ਉਹ ਹੋ ਗਿਆ, ਤਾਂ ਉਹਦੇ 'ਚ ਇੱਕ ਹੱਦ ਤੱਕ ਇਹ ਕਾਮਯਾਬ ਹੋਇਆ ਸੀ। ਕੁਛ ਵੋਟਾਂ 5-7% ਸਵੇ ਕਰਕੇ ਜਿਹੜੀਆਂ ਇਹਨਾਂ ਨੂੰ ਕਿਸੇ ਵੇਲੇ 10-12 ਸੀਟਾਂ ਆਉਂਦੀਆਂ ਸੀ, ਇਹ 15-20 ਤੱਕ ਵੀ ਪਹੁੰਚ ਗਏ। ਮਤਲਬ ਇਹਨਾਂ ਨੂੰ ਜਦੋਂ ਦਾ ਨਿਰਮਲਾ ਸੀਤਾਰਮਨ ਨੇ ਆਪਣਾ ਫਾਈਨੈਂਸ ਮਿਨਿਸਟਰ ਨੇ ਬਜਟ ਪੇਸ਼ ਕੀਤਾ, ਉਹਦੇ ਨਾਲ ਸੈਂਸੇ ਕੀ ਧੜਾ ਕਰਦਾ, 100,000 ਅੰਕ ਥੱਲੇ ਨਹੀਂ ਡਿੱਗਾ, ਉਹ ਕੋਈ ਮਿਡਲ ਕਲਾਸ ਵੀ ਥੱਲੇ ਡਿੱਗ ਪਈ, ਉਹਨਾਂ ਦੀ ਵੀ ਹਿੰਮਤ ਨਹੀਂ ਰਹੀ। ਉਹ ਇਹ ਤਾਂ ਹੋ ਸਕਦਾ ਵੀ ਚਲੋ ਹੁਣ ਇਹ ਵੋਟ ਆਮ ਆਦਮੀ ਪਾਰਟੀ ਨੂੰ ਨਾ ਪਾਉਣ ਜਿਹੜੇ ਇਹਨਾਂ ਦੇ ਸਿੰਪੇਥਾਈਜ਼ਰ, ਪਰ ਇਹ ਵੀ ਬੜਾ ਔਖਾ ਹੋ ਕਿ ਘਰਾਂ 'ਚੋਂ ਨਿਕਲ ਕੇ ਕਮਲ 'ਤੇ ਮੋਹਰ ਲਾਉਣ। ਇਸ ਕਰਕੇ ਉਹਦੇ ਬਾਅਦ ਇੱਕ ਫਿਰ ਇਹਨਾਂ ਦਾ ਜਿਹੜਾ ਉਹ ਆਧਾਰ ਸ਼ਰਿੰਕ ਹੋਇਆ, ਅਤੇ ਮੈਨੂੰ ਲੱਗਦਾ ਕਿ ਪਾ ਲਾ ਕੇ ਜੇ ਬਹੁਤ ਚੰਗੀ ਪਰਫਾਰਮੈਂਸ BJP ਦੀ ਹੋਈ ਤਾਂ 20 ਆਜੂਗੀਆਂ, ਨਹੀਂ ਤਾਂ 15 ਕਿਤੇ ਵੀ ਟਿਕ ਸਕਦੇ ਆ। ਇਹ ਲਗਭਗ ਤੈਅ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੁਬਾਰਾ ਸਰਕਾਰ, ਮੈਨੂੰ ਲੱਗਦਾ ਕਿ ਜਿਹੜੀ ਮੇਰੀ, ਮੈਂ ਕੋਈ ਸਫਾਲੋਜਿਸਟ ਨਹੀਂ ਹੈ, ਮੈਂ ਆਪਣਾ ਇੱਕ ਜਾ ਕੇ ਦਿੱਲੀ ਦੇ ਵਿੱਚ ਮਾੜਾ ਮੋਟਾ ਲੋਕਾਂ ਨਾਲ ਜਿੰਨੀਆਂ ਕੁ ਗੱਲਾਂ ਕੀਤੀਆਂ, ਮੈਨੂੰ ਮੋਟੇ ਤੌਰ 'ਤੇ ਅੰਦਾਜ਼ਾ ਲੱਗਦਾ ਕਿ ਜੋ ਪਰਸੋਂ ਦੀ ਹਾਲਾਤ ਜਦੋਂ ਅਸੀਂ ਗਏ ਸੀਗੇ, ਜੇ ਉਸ ਮੁਤਾਬਕ ਦੇਖਿਆ ਜਾਏ ਤਾਂ ਇਹ 45 ਸੀਟਾਂ ਦੇ ਆੜੇ ਏੜੇ ਗੇੜੇ ਫਿਰਦਾ ਆ। 4-5 ਸੀਟਾਂ ਕਾਂਗਰਸ ਲਿਜਾ ਸਕਦੀ ਹੈ ਜਿੱਥੇ ਕਾਫੀ ਵੱਡੀ ਮਜੋਰਿਟੀ 'ਚ ਮੁਸਲਮਾਨ ਹੈਗੇ ਆ, ਕਿਉਂਕਿ ਉਹ ਜਾ ਕੇ ਜਿਹੜਾ ਸ਼ਹੀਨ ਬਾਗ ਦੇ ਵਿੱਚ ਸਿੱਧਾ ਵੀ ਉਹਨਾਂ ਦੇ ਲੋਕ ਗਏ, ਉਹਨਾਂ ਨਾਲ ਸਿੰਪਥੀ ਕੀਤੀ ਹੈ, ਅਤੇ ਜਿਹੜੀ ਮੁਸਲਿਮ ਸਮੁਦਾਇ ਆ ਉਹਨਾਂ ਦੀਆਂ ਕਾਫੀ ਵੋਟਾਂ ਆ, ਉਹ ਇਸ ਤਰੀਕੇ ਨਾਲ ਜਾਣਗੀਆਂ ਕਿ ਜਿੱਥੇ 'ਤੇ ਉਹਨਾਂ ਦੀ ਘੱਟ ਗਿਣਤੀ ਆ, ਬਹੁਤ ਥੋੜ੍ਹੀ ਹੈ, ਉੱਥੇ ਉਹ ਉਹਨਾਂ ਕੈਂਡੀਡੇਟਾਂ ਨੂੰ ਜਿਤਾਉਣਗੇ ਜਿਹੜੇ ਜਿੱਤਣ ਵਾਲੇ ਆ, ਉਹ ਆਮ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਹੋਣਗੇ, ਅਤੇ ਜਿੱਥੇ ਉਹਨਾਂ ਦੀ ਜ਼ਿਆਦਾ ਸਟਰੈਂਥ ਹੈ, ਜਿੱਥੇ ਉਹਨਾਂ ਦੇ ਜਿਹੜੇ ਇੰਨੀਆਂ ਕੁ ਵੋਟਾਂ ਹੈਗੀਆਂ ਕਿ ਉਹ ਸਵੇ ਕਰ ਸਕਦੇ ਆਪਣੇ ਆਪ, ਉਹ ਹੋ ਸਕਦਾ ਕਾਂਗਰਸ ਵੱਲ ਨੂੰ ਚਲੇ ਜਾਣ। ਪ੍ਰੋਫੈਸਰ ਸਾਹਿਬ, ਦਿੱਲੀ ਦੇ ਇਲੈਕਸ਼ਨ ਹੋਣ ਤੋਂ ਬਾਅਦ, ਉਹਨਾਂ ਦਾ ਨਤੀਜਾ ਆ ਜਾਣ ਤੋਂ ਬਾਅਦ, ਸਰਕਾਰ ਬਣ ਜਾਣ ਤੋਂ ਬਾਅਦ, ਪੰਜਾਬ ਦੀ ਸਿਆਸਤ ਦੇ ਸਮੀਕਰਨ ਤੁਹਾਡੇ ਹਿਸਾਬ ਨਾਲ ਕੀ ਰਹਿ ਸਕਦੇ ਆ, ਬਦਲਣਗੇ? ਇਹ ਦੇਖੋ, ਸਾਰੇ ਮੀਡੀਆ ਵਾਲੇ ਵਾਰ ਵਾਰ ਸਵਾਲ ਕਰਦੇ ਆ, ਅਤੇ ਮੇਰਾ ਜਵਾਬ ਉਹੀ ਆ ਜਿਹੜਾ ਬਾਕੀ ਦਿਆਂ ਨੂੰ ਆ। ਉਹ ਰਵੀ, ਮੇਰਾ ਜਵਾਬ ਇਹ ਹੈ ਕਿ ਪੰਜਾਬ 'ਤੇ ਇਹਦਾ ਕੋਈ ਬਹੁਤਾ ਅਸਰ ਪੈਣਾ ਨਹੀਂ। ਪੰਜਾਬ ਕੀ ਚਾਹੁੰਦਾ? ਪੰਜਾਬ ਇਹ ਚਾਹੁੰਦਾ ਕਿ ਕੋਈ ਵਿਕਲਪਿਕ ਚੰਗੀ ਇੱਥੇ ਸੁੱਘੜ ਸਿਆਣਿਆਂ ਦੀ ਰਾਜਨੀਤੀ ਆਏ। ਲੋਕ ਦੋਵਾਂ ਧਿਰਾਂ ਤੋਂ ਨੱਕ ਨੱਕ ਤੰਗ ਬੈਠੇ ਹੋਏ ਆ, ਬਹੁਤ ਬੁਰੇ ਤਰੀਕੇ ਨਾਲ ਤੰਗ ਬੈਠੇ। ਕਾਂਗਰਸ ਤੋਂ ਵੀ ਬੜੇ ਨਿਰਾਸ਼ ਆ, ਉੱਧਰ ਨੂੰ ਤਾਂ ਵਾਪਸ ਜਾ ਹੀ ਨਹੀਂ ਰਹੇ ਅਕਾਲੀ ਦਲ ਅਤੇ BJP ਵੱਲ ਨੂੰ, ਹਾਲਾਂਕਿ ਸਾਰੇ ਕੱਛਾਂ ਵਜਾਉਂਦੇ ਫਿਰਦੇ ਆ, ਕੋਈ ਕੁਛ, ਕੋਈ ਕੁਛ, ਕੋਈ ਕਹਿੰਦਾ ਅਸੀਂ ਨਵਾਂ ਟਕਸਾਲੀ ਬਣਾਉਣਾ, 1920 ਬਣਾਉਣਾ, ਗੱਲਾਂ ਬਾਤਾਂ ਉਹਦਾ 'ਚ ਕੋਈ, ਤਾਂ ਉਹਦੇ 'ਚ ਕੋਈ ਦਮਖਮ ਨਹੀਂ ਹੈਗਾ ਗੱਲਾਂ 'ਚ, ਕਲੇਮਸ। ਇਸ ਕਰਕੇ ਜਿਹੜੀ ਤਾਂ ਗਰਾਊਂਡ ਆ ਸਾਡੀ, ਉਹ ਤਾਂ ਅਜੇ ਵੀ ਲੋਕ ਜਿਹੜੇ ਆ ਉਹ ਲੱਭ ਰਹੇ ਕਿ ਕੋਈ ਚੰਗੇ ਪਾਏਦਾਰ ਲੀਡਰ ਲੱਭਣ। ਹੁਣ ਜਿਹੜਾ ਤੁਸੀਂ ਉਹਦਾ ਇਫੈਕਟ ਕਹਿੰਦੇ ਆ, ਕਿਸੇ ਵੇਲੇ ਤਾਂ ਜਦੋਂ ਉਹਨਾਂ ਨੂੰ ਆਪ ਲੋਕਾਂ ਨੂੰ ਲੱਗਾ ਕਿ ਇੱਕ ਕੇਜਰੀਵਾਲ ਚੰਗਾ ਦਿੱਲੀ ਵੱਲੋਂ ਬੰਦਾ ਚੱਲਿਆ, ਉਹ ਸਾਰੇ ਆਪ ਹੀ ਉਹ ਤੁਰੇ ਪਿੱਛੇ, ਪਾਰਟੀ ਨਹੀਂ ਸੀ ਇੱਥੇ, ਉਹਨਾਂ ਨੇ ਆਪ ਅੱਗੇ ਵੱਧ ਕੇ ਉਸ ਪਾਰਟੀ ਦੇ ਗਲ 'ਚ ਹਾਰ ਪਾ ਤੇ, ਕੇਜਰੀਵਾਲ ਨੂੰ ਵੀ ਅਪਣਾ ਲਿਆ। ਪਰ ਜੇ ਹੁਣ ਕੇਜਰੀਵਾਲ ਨੇ ਆਪ ਹੀ ਇਹੋ ਜਿਹੀਆਂ ਕੁਝ ਇਹੋ ਜਿਹੀਆਂ ਬਹੁਤ ਵੱਡੀਆਂ ਬੇਕਰਤੂਤੀਆਂ ਪੰਜਾਬ 'ਚ ਕੀਤੀਆਂ, ਇਹ ਖਾਸ ਕਰਕੇ ਮਜੀਠੀਆ ਤੋਂ ਆ ਕੇ ਪਹਿਲਾਂ ਪੋਸਟਰ ਲਾ ਕੇ ਮਗਰੋਂ ਮਾਫ਼ੀ ਮੰਗ ਜਾਣੀ, ਇਹ ਨਹੀਂ ਪੰਜਾਬੀ, ਇੱਕ ਇਹੋ ਜਿਹੀ ਵੀ ਵੱਡੀ ਗਲਤੀ ਜਿਹੜੀ ਇਹੋ ਜਿਹੇ ਮੁੱਖ ਲੀਡਰ ਵੱਲੋਂ ਹੋ ਜੇ, ਫਿਰ ਲੋਕਾਂ ਦਾ ਭਰੋਸਾ ਨਹੀਂ ਬਣਦਾ। ਹੋਰ ਗਲਤੀਆਂ ਪਾਟ ਕੇ ਟਿਕਟਾਂ ਵੇਚੀਆਂ, ਜੇ ਕੀਤਾ, ਸਵਰਾਜ ਵਾਲੀ ਕੋਈ ਗੱਲ ਨਹੀਂ ਸੀ, ਆਪਣੀ ਦਾਦਾਗਿਰੀ ਕੀਤੀ, ਉਹ ਗੱਲਾਂ ਵੀ ਹੈਗੀਆਂ, ਪਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਪੰਜਾਬ ਦੀ ਰਾਜਨੀਤੀ ਅਤੇ ਇੱਥੇ ਦੀ ਜਿਹੜੀ ਪੰਜਾਬ ਦੀ ਰੂਹ ਆ,
ਉਸ ਦੇ ਵਿੱਚ ਉਹ ਸਮਾਉਂਦੀ ਨਹੀਂ ਗੱਲ, ਅਤੇ ਇਸ ਕਰਕੇ ਜਿਹੜਾ ਤੁਸੀਂ ਇਫੈਕਟ ਦੀ ਗੱਲ ਕਹਿੰਦੇ ਆ, ਉਹ ਭਾਵੇਂ ਗਰਾਊਂਡ ਤਿਆਰ ਆ ਉਹਦੇ ਬਾਵਜੂਦ ਵੀ ਮਾੜਾ ਮੋਟਾ ਜਿਹੜਾ ਆਮ ਆਦਮੀ ਦਾ ਪਾਰਟੀ ਦਾ ਕਾਡਰ ਹੈਗਾ ਉਹਨੂੰ ਤਾਂ ਹਲੂਣਾ ਮਿਲ ਸਕਦਾ ਕਿ ਦੇਖੋ ਜੀ ਅਸੀਂ ਉੱਥੇ ਕਰ ਲਿਆਉਣ, ਇੱਥੇ ਕਰਾਂਗੇ, ਇੱਥੇ ਕਰਾਂਗੇ, ਪਰ ਕੀ ਲੋਕਾਂ ਨੂੰ ਉਹ ਆਭਾਰ ਦੁਬਾਰਾ ਲਿਆ ਪਾਉਣਗੇ? ਮੈਨੂੰ ਉਹਦੇ 'ਤੇ ਸ਼ੰਕਾ। ਆਮ ਆਦਮੀ ਪਾਰਟੀ ਵੱਲ ਜਾਂਦੇ ਚੁੱਕਾ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਦੇਖਦਿਆਂ ਸਾਡੇ ਵੱਲੋਂ ਪੰਜਾਬ ਦੇ ਆਪਦੇ ਵਿਧਾਇਕ ਅਮਨ ਅਰੋੜਾ ਨਾਲ ਗੱਲਬਾਤ ਕੀਤੀ ਗਈ। ਅਮਨ ਅਰੋੜਾ ਨੇ ਕਿਹਾ ਕਿ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਆਪਣੀ ਪਾਰਟੀ ਮੰਨਦੇ ਨੇ ਅਤੇ ਕਦੇ ਵੀ ਬੇਗਾਨੀਆਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ। ਮੈਂ ਸਮਝਦਾ ਕਿ ਦਿੱਲੀ ਦੇ ਵਿੱਚ ਇੱਕ ਬੇਮਿਸਾਲ ਮਾਹੌਲ ਹੈ ਜਿਹੜਾ ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਦੇ ਹੱਕ ਦੇ ਵਿੱਚ ਚੱਲ ਰਿਹਾ ਹੈ। ਪਹਿਲੀ ਵਾਰੀ ਇਹ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਇਲਾਕੇ ਦੇ ਕਿਸੇ ਸਟੇਟ ਦੇ ਲੋਕ ਨੇ ਜਿਹੜੇ ਉਹ ਪੋਜ਼ਿਟਿਵ ਦੀ ਨੈਗੇਟਿਵ ਦੀ ਬਜਾਏ ਪੋਜ਼ਿਟਿਵ ਵੋਟਿੰਗ ਕਰਨ ਜਾ ਰਹੇ ਨੇ। ਹੁਣ ਤੱਕ ਹਮੇਸ਼ਾ ਵੋਟਾਂ ਪੈਂਦੀਆਂ ਸੀਗੀਆਂ ਵੀ ਫਲਾਣੇ ਨੂੰ ਹਰਾਉਣਾ ਹੈ, ਹੁਣ ਇਸ ਵਾਰੀ ਦਿੱਲੀ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਜਿਤਾਉਣਾ ਅਤੇ ਤੀਜੀ ਵਾਰ ਦੁਬਾਰਾ ਮੁੱਖ ਮੰਤਰੀ ਬਣਾਉਣਾ, ਕਿਉਂਕਿ ਜਿਸ ਤਰੀਕੇ ਦੇ ਕੰਮ ਅਰਵਿੰਦ ਜੀ ਨੇ 5 ਸਾਲਾਂ ਦੇ ਵਿੱਚ ਕਰ ਦਿੱਤੇ, ਚਾਹੇ ਹੈਲਥ ਐਜੂਕੇਸ਼ਨ ਦੇ ਵਿੱਚ ਹੋਵੇ, ਚਾਹੇ ਬਿਜਲੀ ਪਾਣੀ ਦੇ ਵਿੱਚ ਹੋਵੇ, ਚਾਹੇ ਮਹਿਲਾਵਾਂ ਨੂੰ ਫੈਸਿਲਿਟੀਜ਼ ਦੇਣ ਦੇ ਮਸਲੇ ਦੇ ਵਿੱਚ ਹੋਵੇ, ਮੈਂ ਸਮਝਦਾ ਕਿ ਬੇਮਿਸਾਲ ਕੰਮ ਹੈ ਉਹਨਾਂ ਨੇ ਆਪਦੀ ਚੰਗੀ ਨੀਅਤ, ਨੀਤੀ, ਸੋਚ ਔਰ ਇਮਾਨਦਾਰੀ ਦੇ ਨਾਲ ਕਰਕੇ ਦਿਖਾਤੇ, ਜਿਹਦੀ ਵਜ੍ਹਾ ਕਰਕੇ ਦਿੱਲੀ ਦੇ ਲੋਕਾਂ ਦਾ ਇੱਕ ਪੱਕਾ ਮਨ ਬਣ ਚੁੱਕਿਆ ਕਿ ਪਹਿਲਾਂ ਦਾ ਜਿਹੜਾ 67 ਸੀਟਾਂ ਦਾ ਰਿਕਾਰਡ ਸੀਗਾ, ਸ਼ਾਇਦ ਇਹ ਵੀ ਕੋਈ ਹੱਥ ਖਤਰੀ ਨਹੀਂ ਹੋਏ ਕਿ ਦਿੱਲੀ ਦੇ ਲੋਕ ਸ਼ਾਇਦ ਉਹ ਵੀ ਤੋੜ ਦੇਣ। ਅਰੋੜਾ ਸਾਹਿਬ, ਭਾਜਪਾ ਹਮੇਸ਼ਾ ਇੱਕ ਦਾਅ ਖੇਡਦੀ ਹੈ ਕਿ ਸੈਲੀਬ੍ਰਿਟੀ ਨੂੰ ਕਿਸੇ ਵੀ ਇਲੈਕਸ਼ਨ ਦੇ ਵਿੱਚ ਇਨਵੋਲਵ ਕਰ ਲਓ ਅਤੇ ਉਹ ਸੈਲੀਬ੍ਰਿਟੀ ਦੇ ਫੇਸ 'ਤੇ, ਮਤਲਬ ਅਸੀਂ ਇੱਥੋਂ ਦੀਆਂ ਚੋਣਾਂ ਜਿੱਤ ਜਾਣੀਆਂ। ਸਪਨਾ ਚੌਧਰੀ ਨੂੰ ਉਹਨਾਂ ਨੇ ਇਨਵੋਲਵ ਕੀਤਾ, ਭਾਜਪਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤੇ ਜਾ ਰਹੇ ਆ। ਉਹਨਾਂ ਨੂੰ ਸਵਾਲ ਵੀ ਕੀਤਾ ਗਿਆ ਕਿ ਭਾਈ ਅਰਵਿੰਦ ਕੇਜਰੀਵਾਲ ਇੱਦਾਂ ਕਰਦੇ, ਕਹਿੰਦੇ ਜੀ ਕੌਣ ਹੈ ਕਿ ਅਰਵਿੰਦ ਕੇਜਰੀਵਾਲ, ਕਿਵੇਂ ਦੇਖਦੇ ਹੋ? ਦੇਖੋ, ਇਸ ਤਰ੍ਹਾਂ ਕਿ ਉਹਨਾਂ ਦਾ ਤੁਸੀਂ, ਮੈਨੂੰ ਨਹੀਂ ਪਤਾ ਹੈਗਾ ਕਿ ਕਿਹਦੇ ਬਾਰੇ ਗੱਲ ਕਰ ਰਹੇ ਹੋ, ਸਵਾਲ ਇਹ ਕਿਹਨੇ ਕੀਤਾ, ਠੀਕ ਹੈ ਨਾ, ਮੈਂ ਨਹੀਂ ਕਦੇ ਨਾਮ ਨੂੰ ਸੁਣਿਆ ਹੈਗਾ। ਮੈਨੂੰ ਜਿਹੜੇ ਲੋਕ ਲੀਡਰ ਕੰਮ ਕਰਦੇ ਨੇ ਉਹਨਾਂ ਦੇ ਨਾਮਾਂ ਬਾਰੇ ਪਤਾ ਹੁੰਦਾ, ਪਰ ਜਿੱਥੋਂ ਤੱਕ ਇਹ ਵੀਡੀਓ ਇੱਕ ਮੈਂ ਵੀ ਦੇਖੀ ਸੀਗੀ ਜਿਹਦੇ ਵਿੱਚ ਕੋਈ ਸੈਲੀਬ੍ਰਿਟੀ ਸ਼ਾਇਦ ਹਰਿਆਣਾ ਦੇ ਸੀਗੇ, ਉਹ ਪੁੱਛ ਰਹੇ ਸੀਗੇ ਲੋਕਾਂ ਨੂੰ ਕਿ ਤੁਸੀਂ ਪਬਲਿਕ ਰੈਲੀ ਦੇ ਵਿੱਚ, ਮਨੋਜ ਤਿਵਾੜੀ ਦੀ ਰੈਲੀ ਦੇ ਵਿੱਚ, ਕਿ ਤੁਸੀਂ ਵੋਟ ਕਿਸ ਕੋ ਡਾਲੋਗੇ? ਅੱਗੋਂ ਉਹਨਾਂ ਦੀ ਰੈਲੀ ਦੇ ਬੰਦੀ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਕੋ। ਦੁਬਾਰਾ ਪੁੱਛਿਆ ਕਿਸ ਕੋ ਡਾਲੋਗੇ ਵੋਟ, ਲੋਕ ਫਿਰ ਕਹਿੰਦੇ ਕਿ ਕੇਜਰੀਵਾਲ ਕੋ, ਹੋਰ ਉੱਚੀ ਆਵਾਜ਼ ਦੇ ਵਿੱਚ। ਫਿਰ ਵਿਚਾਰੇ ਨਿੰਮੋ ਝੀਣੇ ਜਿਹੇ ਹੋ ਕੇ ਮੂੰਹ ਨੀਵੇਂ ਪਾ ਕੇ ਉਹ ਸਾਰੇ ਉੱਥੋਂ ਸਟੇਜ ਤੋਂ ਉੱਤਰ ਗਏ। ਸੋ ਮੈਂ ਸਮਝਦਾ ਕਿ ਉਸ ਜ਼ਮਾਨੇ ਗਏ, ਉਸ ਸਮੇਂ ਗਏ, ਜਦ ਤੁਸੀਂ ਕੋਈ ਵੱਡਾ ਨਾਮ ਜਾਂ ਇੱਕ ਕੋਈ ਚਰਚਿਤ ਚਿਹਰਾ ਸੈਲੀਬ੍ਰਿਟੀਜ਼ ਦਾ ਲੋਕਾਂ ਦੇ ਵਿੱਚ ਉਤਾਰੋ, ਲੋਕਾਂ ਨੂੰ ਬੇਵਕੂਫ ਬਣਾਓ, ਉਹਨਾਂ ਦੀਆਂ ਵੋਟਾਂ ਲਓ ਅਤੇ ਮੁੜ ਕੇ 4-5 ਸਾਲ ਲਈ ਗਾਇਬ ਹੋ ਜਾਓ। ਹੁਣ ਉਹ ਸਿਆਸਤ ਨਹੀਂ ਰਹੀ ਹੈਗੀ। ਔਰ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਨੇ ਕੰਮ ਕੀਤੇ ਨੇ, ਲੋਕ ਕਹਿੰਦੇ ਨੇ, ਨਾਰੇ ਕੀ ਲੱਗਦੇ ਨੇ ਉੱਥੇ ਦਿੱਲੀ ਦੇ ਵਿੱਚ ਕਿ ਬਿਜਲੀ ਕਾ ਬਿੱਲ 0 ਹੈ, ਅਰਵਿੰਦ ਕੇਜਰੀਵਾਲ ਮੇਰਾ ਹੀਰੋ ਹੈ, ਨਾਰੇ ਇਹ ਲੱਗ ਰਹੇ ਨੇ ਉੱਥੇ। ਕੋਈ ਸਪਨਾ ਚੌਧਰੀ ਜੇ ਆਉਣ ਜਾਂ ਕੋਈ ਹੋਰ ਆਉਣ, ਕੀ ਫਰਕ ਪੈਂਦਾ? ਅਗਲਾ ਕਹਿੰਦਾ ਇਹ ਆਉਣਗੇ, 10 ਮਿੰਟ ਸ਼ਕਲ ਦਿਖਾ ਕੇ ਮੁੜ ਜਾਣਗੇ। ਅਲਟੀਮੇਟਲੀ ਕੰਮ ਤਾਂ ਅਰਵਿੰਦ ਕੇਜਰੀਵਾਲ ਤੋਂ ਲੈਣੇ ਨੇ, ਉਹਨਾਂ ਨੇ ਸਰਕਾਰ ਚਲਾਉਣੀ ਹੈ। ਸੋ ਇਸ ਕਰਕੇ ਇਹ ਇੱਕ ਛੋਟੀਆਂ ਟੈਕਟਿਕਸ ਹੁੰਦੀਆਂ ਨੇ। ਹਾਂ, ਠੀਕ ਹੈ ਕਿ ਸਿਆਸਤ ਦੇ ਵਿੱਚ, ਇਲੈਕਸ਼ਨਰਿੰਗ ਦੇ ਵਿੱਚ, ਪੋਲੀਟਿਕਸ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਬਹੁਤ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਪਰ ਕੰਮ ਤੱਕ ਮਤਲਬ ਹੋਣਾ ਚਾਹੀਦਾ, ਚੰਮ ਤੱਕ ਮਤਲਬ ਨਹੀਂ ਹੋਣਾ ਚਾਹੀਦਾ। ਜੇ ਕੰਮ ਦਿੱਲੀ ਦੇ ਲੋਕ ਸਮਝ ਚੁੱਕੇ ਨੇ, ਜੇ ਕੰਮ ਲੈਣੇ ਨੇ ਤਾਂ ਉਹ ਅਰਵਿੰਦ ਕੇਜਰੀਵਾਲ ਤੋਂ ਹੀ ਲੈਣੇ ਨੇ। ਪੰਜਾਬ ਸਰਕਾਰ ਨੇ ਵੀ ਆਪਣੇ ਜਾ ਕੇ ਉੱਧਰ ਕੰਮ ਗਣਾਏ ਸੀਗੇ, ਆਪਣੇ ਮੁੱਖ ਮੰਤਰੀ ਸਾਹਿਬ ਗਏ ਸੀਗੇ, ਉਹ ਕਹਿੰਦੇ ਜੀ ਅਸੀਂ ਬਹੁਤ ਸਾਰੇ ਜਿਹੜੇ ਸਮਾਰਟ ਸਕੂਲ ਬਣਾਤੇ ਆ, 5500 ਦੇ ਕਰੀਬ ਕਹਿੰਦੇ ਸੀਗੇ, ਔਰ 11 ਲੱਖ ਨੌਕਰੀਆਂ ਕਹਿੰਦੇ ਅਸੀਂ ਦੇਤੀਆਂ, ਜੇ ਕਿਤੇ ਸਾਨੂੰ ਮੌਕਾ ਦਿੱਲੀ ਦੇ ਵਿੱਚ ਦੇ ਦਿਓ ਤਾਂ ਅਸੀਂ ਇਹਨੂੰ ਪੰਜਾਬ ਬਣਾ ਦਿਆਂਗੇ।
ਮੈਂ ਦਿੱਲੀ ਵਾਲਿਆਂ ਨੂੰ ਕਹੂੰਗਾ ਹੱਥ ਜੋੜ ਕੇ ਕਿ ਤੁਸੀਂ ਨਾ ਮੌਕਾ ਦਿਓ ਕਾਂਗਰਸ ਵਾਲਿਆਂ ਨੂੰ, ਕਿਉਂਕਿ ਪੰਜਾਬ ਦਾ ਜੋ ਕੈਪਟਨ ਸਾਹਿਬ ਉਹਨਾਂ ਨੇ ਬਣਾਤਾ ਉਹ ਸਾਰਿਆਂ ਸਾਹਮਣੇ ਹੀ ਹੈ ਉਹ, ਇਸ ਕਰਕੇ ਕਿਉਂਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਕਿ ਕੈਪਟਨ ਸਾਹਿਬ ਇੰਨੇ ਕੱਦਾਵਰ ਲੀਡਰ ਨੇ, ਇੰਨੇ ਸਿਆਣੇ ਨੇ, ਸੁਲਝੇ ਨੇ, ਅਤੇ ਅਜਿਹੇ ਲੀਡਰ ਜੇ ਜਾ ਕੇ ਲੋਕਾਂ ਨੂੰ ਗੁੰਮਰਾਹ ਕਰਨਗੇ ਤਾਂ ਸੱਚੀ ਬਹੁਤ ਅਨਫੋਰਚੁਨੇਟ ਹੈ। ਔਰ ਉਹ ਕੈਪਟਨ ਸਾਹਿਬ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਅਤੇ ਅੱਜ ਉਹ ਆਪਦੇ ਇਕੱਲੇ ਇਕੱਲੇ ਵਾਅਦੇ ਤੋਂ ਮੁੱਕਰ ਗਏ, ਦਿੱਲੀ ਦੇ ਵਿੱਚ ਜਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, 11 ਲੱਖ ਨੌਕਰੀ ਦੇ ਦਾਂਗੇ, 5500 ਸਮਾਰਟ ਸਕੂਲ ਬਣਾ ਦਿੱਤੇ, ਹੁਣ ਸੈਸ਼ਨ ਆ ਰਿਹਾ, ਪੁੱਛਾਂਗੇ ਉਹਨਾਂ ਤੋਂ ਕਿ ਦੱਸੋ 11 ਲੱਖ ਨੌਕਰੀਆਂ ਦੀ ਕੋਈ ਲਿਸਟ ਤਾਂ ਬਣੀ ਹੋਊਗੀ ਜਾਂ ਹਵਾਈ ਫਾਇਰ ਹੀ ਕਰਿਆ ਉੱਥੇ। ਹੁਣ ਮੈਂ ਉਸ ਤੋਂ ਅਗਲੇ ਦਿਨ ਟਵੀਟ ਵੀ ਕੀਤਾ ਉਹਨਾਂ ਨੂੰ, ਕੈਪਟਨ ਸਾਹਿਬ ਨੂੰ ਟੈਗ ਕਰਕੇ ਕੀਤਾ ਕਿ ਕੈਪਟਨ ਸਾਹਿਬ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਇੱਥੇ ਝੂਠ ਬੋਲਦੇ ਫਿਰੋ। ਤੁਸੀਂ ਆਪਦਾ 2017 ਦਾ ਮੈਨੀਫੈਸਟੋ ਲੈ ਕੇ ਆ ਜਾਓ ਪੰਜਾਬ ਦਾ ਕਾਂਗਰਸ ਪਾਰਟੀ ਦਾ, ਮੈਂ ਅਰਵਿੰਦ ਕੇਜਰੀਵਾਲ 2015 ਦਾ ਮੈਨੀਫੈਸਟੋ ਲੈ ਕੇ ਆ ਜਾਂਦਾ। ਇੱਕ ਪਬਲਿਕ ਦੀ ਕਚਹਿਰੀ ਦੇ ਵਿੱਚ, ਲੋਕਾਂ ਦੀ ਕਚਹਿਰੀ ਦੇ ਵਿੱਚ ਕਿਸੇ ਚੈਨਲ ਦੇ ਉੱਪਰ ਡਿਬੇਟ ਰੱਖ ਲਓ ਮੇਰੇ ਨਾਲ, ਇੱਕ ਵੀ ਵਾਅਦਾ ਕੈਪਟਨ ਅਮਰਿੰਦਰ ਸਿੰਘ ਆਪਦੇ ਮੈਨੀਫੈਸਟੋ ਦੇ ਵਿੱਚੋਂ ਕਹਿ ਦੇਣ ਮੈਂ ਪੂਰਾ ਕੀਤਾ ਅਤੇ ਤੁਸੀਂ ਸੱਚੇ ਅਸੀਂ ਝੂਠੇ, ਪਰ ਨਾ ਮੁੜ ਕੇ ਜਵਾਬ ਆਇਆ ਨਾ ਚੈਲੇਂਜ ਐਕਸੈਪਟ ਕੀਤਾ। ਉਹ ਕਿਉਂ? ਕਿਉਂਕਿ ਨਿਰਾ ਹੀ ਝੂਠ ਦਾ ਪਲੰਦਾ ਸੀਗਾ ਜਿਹੜਾ ਕਿ ਕੈਪਟਨ ਸਾਹਿਬ ਨੂੰ ਮੈਂ ਸਮਝਦਾ ਕਿ ਨਹੀਂ ਬੋਲਣਾ ਚਾਹੀਦਾ ਸੀਗਾ। ਦਿੱਲੀ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ, ਭਾਵ ਕੱਲ੍ਹ ਮਤਦਾਨ ਹੋਏਗਾ ਅਤੇ 3 ਦਿਨ ਲਈ ਦਿੱਲੀ ਦੇ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਬੰਦ ਹੋ ਜਾਏਗੀ। ਆਮ ਆਦਮੀ ਪਾਰਟੀ ਮੁਤਾਬਕ ਵਿਕਾਸ ਵੱਲ ਵਧਦੀ ਦਿੱਲੀ ਦੀ ਰਫ਼ਤਾਰ ਹੋਰ ਵਧੇਗੀ ਜਾਂ ਧੀਮੀ ਹੋਏਗੀ, ਇਹ 11 ਫਰਵਰੀ ਨੂੰ ਤੈਅ ਹੋ ਜਾਵੇਗਾ। ਭਾਵ ਨਵੀਂ ਬਣਨ ਵਾਲੀ ਸਰਕਾਰ ਮੁੜ ਪਹਿਲਾਂ ਵਾਲੀ ਦੁਹਰਾਈ ਜਾਏਗੀ ਜਾਂ ਫਿਰ ਕੋਈ ਹੋਰ ਪਾਰਟੀ ਦਿੱਲੀ 'ਤੇ ਰਾਜ ਕਰੇਗੀ, ਇਹ ਸਭ ਭਵਿੱਖ ਦੀ ਬੁੱਕਲ ਵਿੱਚ ਹੈ। ਪਰ ਦਿੱਲੀ ਦੇ ਨਤੀਜਿਆਂ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ। ਸੋ ਇਹ ਸੀ ਅੱਜ ਦਾ ਸਟੋਰੀ ਆਫ ਦਾ ਡੇ, ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।